ਘਰਾਂ ਦੇ ਵਿੱਚ ਰੇਡੀਓ ਸੈੱਟਸ ਤੇ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ ਤੇ ਮਰਸਡ ਸਾਈਡਬੈਂਡ ਵਾਲੇ ਜਿਹੜੇ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ, ਆਈਫੋਨ ਤੇ ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਫੇਸਬੁੱਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 27 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਰਾਮ ਸਿੰਘ ਯੂਨੀਵਰਸਿਟੀ ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਮਿੰਦਰ ਧਾਲੀਵਾਲ ਬੇਕਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਹੈਗੀ ਆ, ਐਮਾਜ਼ੋਨ ਜਿਹੜੇ ਹੈਗੇ ਆ ਜੰਗਲ, ਉੱਥੇ ਜਿਹੜੀ ਅੱਗ ਲੱਗੀ ਹੋਈ ਹੈਗੀ ਆ, ਬਹੁਤ ਵੱਡੀਆਂ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ। ਲਗਭਗ 76,000 ਦੇ ਕਰੀਬ ਜਿਹੜੀਆਂ ਆ ਅੱਗਾਂ ਉਸ ਜੰਗਲ ਦੇ ਵਿੱਚ ਲੱਗੀਆਂ ਹੋਈਆਂ ਹੈਗੀਆਂ। ਅਤੇ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਜੰਗਲ ਹੈਗਾ ਆ, ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਜਿਹੜਾ ਉਹਨੂੰ ਸਮੇਟਦਾ ਹੈਗਾ ਆ, ਜਿਹਦੇ ਕਰਕੇ ਜਿਹੜਾ ਟੋਟਲੀ ਗਲੋਬਲੀ ਜਿਹੜਾ ਹੈਗਾ ਇਕੋਸਿਸਟਮ ਉਹ ਬੈਲੈਂਸਡ ਬਣਿਆ ਹੋਇਆ। 90 ਬਿਲੀਅਨ ਟਨ ਜਿਹੜੀ ਕਾਰਬਨ ਆ ਉਹ ਇਹ ਜੰਗਲ ਜਿਹੜਾ ਉਸ ਨੂੰ ਸੱਕ ਕਰਦਾ ਹੈਗਾ, ਸੋਖਦਾ ਹੈਗਾ। ਅਤੇ ਪਿਛਲੇ ਦਿਨਾਂ ਦੇ ਵਿੱਚ G7 ਮੀਟਿੰਗ ਵੀ ਹੋਈ ਸੀ ਕੰਟਰੀਆਂ ਦੀ, ਉਹਨਾਂ ਨੇ $22 ਮਿਲੀਅਨ ਜਿਹੜਾ ਆ ਉਹ ਬ੍ਰਾਜ਼ੀਲ ਨੂੰ ਦੇਣਾ ਔਫਰ ਕੀਤਾ, ਤਾਂ ਕਿ ਜਿਹੜੀਆਂ ਉੱਥੇ 76,000 ਅੱਗਾਂ ਲੱਗੀਆਂ ਆ ਉਹਨਾਂ ਦੇ ਉੱਤੇ ਕੰਟਰੋਲ ਕਰ ਕੀਤਾ ਜਾ ਸਕੇ। ਸੋ ਇਹ ਜੰਗਲ ਦਾ ਜੇ ਤੁਹਾਨੂੰ ਸਾਈਜ਼ ਦੱਸਦੇ ਜਾਈਏ, 2.2 ਮਿਲੀਅਨ ਸਕੁਅਰ ਮਾਈਲ ਜਿਹੜਾ ਇਹ ਜੰਗਲ ਹੈਗਾ ਆ, ਅਤੇ ਦੁਨੀਆ ਦੇ ਬਹੁਤ ਜਿਹੜੇ ਜੀਵ ਜੰਤੂ ਆ ਉਹ ਇਹਨਾਂ ਜੰਗਲਾਂ ਦੇ ਵਿੱਚ ਰਹਿੰਦੇ ਹੈਗੇ ਆ। ਪਰ ਉੱਥੇ ਦੇ ਜਿਹੜੇ ਬ੍ਰਾਜ਼ੀਲ ਆ ਉਹਨਾਂ ਨੇ ਕੱਟਣਾ ਸ਼ੁਰੂ ਕੀਤਾ ਆ। ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਉਹ ਮੀਟ ਪ੍ਰੋਡਿਊਸ ਕਰ ਰਹੇ ਆ, ਗਾਈਆਂ ਜਿਹੜੇ ਪਾਲ ਰਹੇ ਆ, ਜੰਗਲ ਕੱਟ ਰਹੇ ਹੈਗੇ ਆ। ਅਤੇ ਬ੍ਰਾਜ਼ੀਲ ਨੇ ਹੁਣ ਜਿਹੜਾ $22 ਮਿਲੀਅਨ ਜਿਹੜਾ ਉਹਨਾਂ ਨੂੰ ਔਫਰ ਕੀਤਾ ਗਿਆ ਸੀਗਾ, ਜਿਹੜੇ ਅਮੀਰ ਮੁਲਕ ਹੈਗੇ ਆ ਉਹਨਾਂ ਵੱਲੋਂ, ਅਤੇ ਉਹਨਾਂ ਨੇ ਇਸ ਮਨੀ ਨੂੰ ਕਹਿੰਦੇ ਵੀ ਸਾਨੂੰ ਨਹੀਂ ਚਾਹੀਦਾ ਇਹ ਕਹਿ ਕੇ ਨਾ ਕਰ ਦਿੱਤੀ ਹੈਗੀ ਆ। ਅਤੇ ਫਰਾਂਸ ਦੇ ਜਿਹੜੇ ਪ੍ਰੈਜੀਡੈਂਟ ਇਮੈਨੂਅਲ ਮੈਕਰੋਨ ਆ ਅਤੇ ਬੋਲਸੋਨਾਰੋ ਜਿਹੜੇ ਹੈਗੇ ਆ ਬ੍ਰਾਜ਼ੀਲ ਦੇ, ਉਹਨਾਂ ਦੇ ਵਿੱਚ ਕਾਫੀ ਕਸ਼ਮਕਸ਼ ਜਿਹੜੀ ਇਸ ਮਾਮਲੇ ਨੂੰ ਲੈ ਕੇ ਚੱਲੀ ਆ ਵੀ ਤੁਸੀਂ ਜਾਣ ਬੁੱਝ ਕੇ ਜਿਹੜਾ ਆ ਇਹ ਜੰਗਲਾਂ ਨੂੰ ਅੱਗ ਲਾ ਰਹੇ ਹੈਗੇ ਆ ਅਤੇ ਉਹਦੇ ਕੰਟਰੋਲ ਦੇ ਉੱਤੇ ਤੁਸੀਂ ਕੁਛ ਨਹੀਂ ਕਰ ਰਹੇ। ਅਤੇ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਉਹਦੇ 'ਚ ਇਹ ਵੀ ਲਿਖਿਆ ਕਹਿੰਦੇ ਭਾਵੇਂ ਜਿੰਨਾ ਮਰਜ਼ੀ ਉੱਥੇ ਮੀਂਹ ਪਵੇ ਵੀ ਉੱਥੇ ਅੱਗ ਬੁਝਾਉਣੀ ਬੜੀ ਹੁਣ ਔਖੀ ਹੋਈ ਹੋਈ ਹੈਗੀ ਆ। ਜੀ ਜੀ ਬਿਲਕੁਲ, ਇਹ ਸਮੱਸਿਆ ਕਾਫੀ ਜਿਹੜੀ ਗੰਭੀਰ ਆ। ਇਸ ਨੂੰ ਜਿਹੜਾ ਐਮਾਜ਼ੋਨ ਨੂੰ ਕੀ ਕਹਿੰਦੇ ਆ ਹਰਜੋਤ ਸਿੰਘ ਜੀ, ਧਰਤੀ ਦੇ ਫੇਫੜਿਆਂ ਦੇ ਵਜੋਂ ਵੀ ਲੰਗਸ ਆਫ ਦਾ ਅਰਥ ਵੀ ਜਿਹੜਾ ਆਖਿਆ ਜਾਂਦਾ ਆ, ਕਿਉਂਕਿ ਹਵਾ ਦੀ ਸ਼ੁੱਧਤਾ ਦੇ ਵਿੱਚ ਇਸ ਦਾ ਇੱਕ ਬਹੁਤ ਅਹਿਮ ਕਿਰਦਾਰ ਰੋਲ ਹੈਗਾ ਆ। ਬ੍ਰਾਜ਼ੀਲ ਦੇ ਜਿਹੜੇ ਪ੍ਰੈਜੀਡੈਂਟ ਆ ਬੋਲਸੋਨਾਰੋ, ਜਿਹਨੂੰ ਟ੍ਰੋਪੀਕਲ ਟਰੰਪ ਵੀ ਆਖਦੇ ਆ, ਉਸਨੇ ਕਹਿੰਦੇ ਵੀ ਪਹਿਲਾਂ ਤਾਂ ਰਿਜੈਕਟ ਕੀਤੀ ਸੀ ਜਿੰਨਾ ਹਰਜੋਤ ਸਿੰਘ ਜੀ ਨੇ ਦੱਸਿਆ, $22.2 ਮਿਲੀਅਨ ਦੀ ਜਿਹੜੀ ਰਾਸ਼ੀ ਆ G7 ਨੇਸ਼ਨ ਦੇ ਵੱਲੋਂ, ਅਤੇ ਹੁਣ ਕਹਿੰਦਾ ਵੀ ਮੈਂ ਉਹ ਲੈ ਲਊਂਗਾ ਜੇ ਮੈਕਰੋਨ ਮੇਰੇ ਤੋਂ ਮਾਫ਼ੀ ਮੰਗੇ। ਮੈਕਰੋਨ ਨੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਬੋਲਸੋਨਾਰੋ ਆ ਉਸਨੂੰ ਆੜੇ ਹੱਥੀ ਲਿਆ ਸੀ, ਕਿਉਂਕਿ ਬੋਲਸੋਨਾਰੋ ਨੇ ਉਸਦੀ ਜਿਹੜੀ ਮੈਕਰੋਨ ਦੀ ਵਾਈਫ ਆ ਉਸਦੇ ਬਾਰੇ ਅਪਸ਼ਬਦ ਜਿਹੜੇ ਆ ਕੁਛ ਬੋਲੇ ਸੀ। ਹੁਣ ਕਹਿੰਦਾ ਵੀ ਮੈਕਰੋਨ ਮੇਰੇ ਤੋਂ ਮਾਫ਼ੀ ਮੰਗੇ ਅਤੇ ਫਿਰ ਮੈਂ ਜਿਹੜੀ ਇਹ ਰਾਸ਼ੀ ਜਿਹੜੀ ਉਹ ਲੈ ਕੇ ਇਸ ਨੂੰ ਅੱਗ ਬੁਝਾਉਣ ਵਾਲੇ ਪਾਸੇ ਨੂੰ ਜਿਹੜਾ ਆ ਉਹ ਕਰੂੰਗਾ। ਅਤੇ ਪਰ ਮੈਨੂੰ ਹਰਜੋਤ ਸਿੰਘ ਜੀ ਇਸ ਦੀ ਨੀਤ ਦੇ ਵਿੱਚ ਪਹਿਲਾਂ ਹੀ ਖੋਟ ਲੱਗਦੀ ਆ ਵੀ ਇਹ ਚਾਹੁੰਦਾ ਚਾਹੁੰਦਾ ਤਾਂ ਨਹੀਂ ਆ ਵੀ ਐਮਾਜ਼ੋਨ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਬਚਾਇਆ ਜਾ ਸਕੇ। ਪਰ ਅਫਸੋਸ ਵਾਲੀ ਗੱਲ ਆ ਵੀ ਇਹ ਹੁਣ ਪਹਿਲਾਂ ਆਪ ਉਸਦੀ ਜਿਹੜੀ ਆ ਜਿਹੜੀ ਘਰਵਾਲੀ ਦੇ ਬਾਰੇ ਮਾੜੇ ਸ਼ਬਦ ਬੋਲੇ, ਉਸਨੇ ਮਾੜਾ ਇਸ ਨੂੰ ਆਖਿਆ, ਅਤੇ ਹੁਣ ਕਹਿੰਦਾ ਵੀ ਮੈਕਰੋਨ ਮੇਰੇ ਤੋਂ ਮਾਫ਼ੀ ਮੰਗੇ, ਫਿਰ ਆਪਾਂ ਜਿਹੜਾ ਜੀ ਉਹ ਦੇਖਦੇ ਹਾਂ ਵੀ ਇਸ ਦੇ ਬਾਰੇ ਕਿੱਦਾਂ ਜਿਹੜਾ ਉਹ ਵਰਤਣਾ ਆ। ਪਰ ਬਹੁਤ ਸਾਰੇ ਜਿਹੜੇ ਗਰੁੱਪਸ, ਬਹੁਤ ਸਾਰੇ ਲੋਕ ਜਿਹੜੇ ਆ ਇਸ ਅੱਗ ਨੂੰ ਬੁਝਾਉਣ ਨੂੰ ਲੈ ਕੇ ਜਿਹੜੇ ਇਸ ਟਾਈਮ ਹੁਣ ਅੱਗੇ ਆ ਰਹੇ ਨੇ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਇਸ ਦੇ ਉੱਤੇ ਕੋਈ ਕਾਰਵਾਈ ਜਿਹੜੀ ਆ ਉਹ ਹੋਵੇ। ਜੇ ਰਾਸ਼ਟਰਪਤੀ ਟਰੰਪ ਕਹਿਣ ਤਾਂ ਸ਼ਾਇਦ ਮੈਨੂੰ ਲੱਗਦਾ ਬੋਲਸੋਨਾਰੋ ਜਲਦੀ ਮੰਨ ਜਾਊਗਾ,
ਪਰ ਆਪਾਂ ਨੂੰ ਪਤਾ ਵੀ ਰਾਸ਼ਟਰਪਤੀ ਟਰੰਪ ਦਾ ਇਹਨਾਂ ਚੀਜ਼ਾਂ ਦੇ ਵੱਲ ਕੋਈ ਬਹੁਤਾ ਜਿਹੜਾ ਆ ਉਹ ਧਿਆਨ ਨਹੀਂ ਹੁੰਦਾ। ਇਨਫੈਕਟ ਉਹ ਕਹਿੰਦੇ ਆ ਵੀ ਇੱਦਾਂ ਦੀ ਕੋਈ ਚੀਜ਼ ਜਿਹੜੀ ਆ ਉਹ ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ ਆ ਉਹ ਹੈ ਹੀ ਨਹੀਂ ਜੀ। ਸੋ ਬਿਲਕੁਲ ਜਿਹੜੀ ਕਹਿੰਦੇ ਵੀ ਸਤੰਬਰ ਦੇ ਆਖਰੀ ਮਹੀਨੇ ਦੇ ਵਿੱਚ ਉੱਥੇ ਜਿਹੜਾ ਮੀਂਹ ਸ਼ੁਰੂ ਹੁੰਦਾ ਹੈ ਅਤੇ ਜੇ ਮੀਂਹ ਜਦੋਂ ਸ਼ੁਰੂ ਹੋਊਗਾ ਫਿਰ ਵੀ ਕਈ ਹਫ਼ਤੇ ਲੱਗ ਜਾਣਗੇ ਇਸ ਅੱਗ ਬੁਝਾਉਣ ਨੂੰ। ਅਤੇ ਦੱਸਦੇ ਜਾਈਏ ਵੀ ਇਕੱਲੇ ਕਹਿੰਦੇ ਬ੍ਰਾਜ਼ੀਲ ਦੇ ਵਿੱਚ ਨਹੀਂ ਅੱਗ ਲੱਗੀ ਹੋਈ, 10,000 ਸਕੁਏਅਰ ਕਿਲੋਮੀਟਰ ਏਰੀਆ ਜਿਹੜਾ ਹੈਗਾ ਉਹਦੇ 'ਚੋਂ 3800 ਸਕੁਏਅਰ ਮਾਈਲ ਏਰੀਆ ਜਿਹੜਾ ਬੋਲੀਵੀਆ ਮੁਲਕ ਹੈਗਾ ਉਹ ਬਾਰਡਰ 'ਤੇ ਲੱਗਦਾ, ਉਹਨਾਂ ਉੱਥੇ ਵੀ ਅੱਗਾਂ ਲੱਗੀਆਂ ਆ। ਪੈਰਾਗੁਈ ਜਿਹੜਾ ਹੈਗਾ ਆ ਉੱਥੇ ਵੀ ਜਿਹੜੀ ਇਹ ਅੱਗ ਲੱਗੀ ਹੋਈ ਹੈਗੀ ਆ। ਸੋ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਸ ਨਾਲ ਹਾਹਾਕਾਰ ਮਚੀ ਹੋਈ ਹੈਗੀ ਆ, ਪਰ ਬ੍ਰਾਜ਼ੀਲ ਵਾਲੇ ਕਹਿੰਦੇ ਵੀ ਅਸੀਂ ਉਸ ਨੂੰ ਫਾਈਟ ਕਰ ਰਹੇ ਹਾਂ, ਕਹਿੰਦੇ ਵੀ ਉਹ ਇੱਕ ਤਰ੍ਹਾਂ ਨਾਲ ਨਾਮੁਮਕਿਨ ਆ ਉਸ ਅੱਗ ਨੂੰ ਜਿਹੜਾ ਫਾਈਟ ਕਰਨਾ। ਜੀ ਜੀ ਜੀ, ਫੈਲੀ ਬਹੁਤ ਜ਼ਿਆਦਾ ਆ ਅਤੇ ਬਹੁਤ ਸਾਰੇ ਅਜਿਹੇ ਥਾਂ ਨੇ ਜਿੱਥੇ ਪਹੁੰਚਣਾ ਜਿਹੜਾ ਆ ਉਹਨਾਂ ਅੱਗ ਬੁਝਾਉਣ ਵਾਲਿਆਂ ਦੇ ਲਈ ਕਾਫ਼ੀ ਮੁਸ਼ਕਲ ਹੋਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਅਮਰੀਕਾ ਦੇ ਵਿੱਚ ਬੜੇ ਹੀ ਇੱਕ ਅਹਿਮ ਕੇਸ ਦਾ ਜਿਹੜਾ ਫੈਸਲਾ ਉਹ ਆਇਆ ਆ। ਓਕਲਾਹੋਮਾ ਦੇ ਵਿੱਚ ਓਪੀਆਈਡ ਓਵਰਡੋਜ਼ ਦੀਆਂ ਕੇਸਾਂ ਨੂੰ ਲੈ ਕੇ ਜੌਨਸਨ ਐਂਡ ਜੌਨਸਨ ਜਿਹੜੀ ਫਾਰਮਾਸੂਟੀਕਲ ਕੰਪਨੀ ਆ ਉਸ ਨੂੰ ਅਦਾਲਤ ਦੇ ਵਿੱਚ ਜਿਹੜਾ ਆ ਖੜੀਸਿਆ ਗਿਆ ਸੀਗਾ। 1500 ਤੋਂ ਵੱਧ ਜਿਹੜੇ ਉੱਦਾਂ ਦੇ ਕਲਾਸ ਐਕਸ਼ਨ ਲਾਸੂਟ ਆ ਇਹਨਾਂ ਦੇ ਖਿਲਾਫ਼ ਹੋਏ ਸੀਗੇ ਵੀ ਇਹਨਾਂ ਦੇ ਦੁਆਰਾ ਜਿਹੜੀਆਂ ਓਪੀਆਈਡ ਦੀਆਂ ਗੋਲੀਆਂ ਆ ਉਹ ਦਵਾਈਆਂ ਆ ਉਹਨਾਂ ਨੂੰ ਜ਼ਿਆਦਾ ਪੁਸ਼ ਕਰਨ ਦੇ ਕਰਕੇ ਬਹੁਤ ਸਾਰੇ ਲੋਕ ਓਪੀਆਈਡ ਓਵਰਡੋਜ਼ ਦੇ ਕਰਕੇ ਮਾਰੇ ਗਏ ਨੇ। ਅਤੇ ਕੱਲ੍ਹ ਜਿਹੜਾ ਆ ਇਸ ਦੇ ਵਿੱਚ ਉੱਥੋਂ ਦੀ ਜਿਹੜੀ ਅਦਾਲਤ ਆ ਉਹਨਾਂ ਨੇ ਲਾਸੂਟਸ ਜਿਨ੍ਹਾਂ ਨੇ ਕੀਤੇ ਸੀਗੇ ਜਿਹੜੇ ਵਿਕਟਮ ਸੀ ਪੀੜਤ ਸੀ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਕੇ ਜੌਨਸਨ ਐਂਡ ਜੌਨਸਨ ਨੂੰ $572 ਮਿਲੀਅਨ ਦਾ ਜਿਹੜਾ ਜੁਰਮਾਨਾ ਆ ਉਹ ਪਾਇਆ ਆ। ਅਤੇ ਕਹਿੰਦੇ ਇਸ ਜੁਰਮਾਨੇ ਪਾਉਣ ਤੋਂ ਬਾਅਦ ਦੇ ਵਿੱਚ ਵੀ ਕਈ ਜਿਹੜੇ ਟ੍ਰਾਇਲ ਅਤੇ ਹੋਰ ਲੀਗਲ ਸੈਟਲਮੈਂਟਸ ਜਿਹੜੀਆਂ ਆ ਇਸ ਫਾਰਮਾਸੂਟੀਕਲ ਕੰਪਨੀ ਡਰੱਗ ਕੰਪਨੀ ਜੌਨਸਨ ਐਂਡ ਜੌਨਸਨ ਦੇ ਖਿਲਾਫ਼ ਉਹ ਹੋਣਗੀਆਂ। ਇਹ ਪਹਿਲਾ ਕੇਸ ਹਰਜੋਤ ਸਿੰਘ ਜੀ ਹੋਇਆ ਵੀ ਜਿਸ ਦੇ ਵਿੱਚ ਓਪੀਆਈਡ ਦਾ ਜਿਹੜਾ ਕ੍ਰਾਈਸਿਸ ਆ ਉਸ ਦੇ ਵਿੱਚ ਕਿਸੇ ਇੱਕ ਫਾਰਮਾਸੂਟੀਕਲ ਕੰਪਨੀ ਨੂੰ ਜਿਹੜਾ ਆ ਉਹ ਦੋਸ਼ੀ ਕਰਾਰ ਦਿੱਤਾ ਗਿਆ ਆ। ਇਹ ਬੜਾ ਇੱਕ ਅਹਿਮ ਪਹਿਲਾ ਕਦਮ ਜਿਹੜਾ ਇਸ ਦੇ ਵਿੱਚ ਹੋਵੇਗਾ ਜਿਹੜਾ ਓਪੀਆਈਡ ਓਵਰਡੋਜ਼ ਦੇ ਜਿਹੜੇ ਕ੍ਰਾਈਸਿਸ ਆ ਉਸ ਨੂੰ ਜਿਹੜਾ ਨਜਿੱਠਣ ਦੇ ਲਈ, ਕਿਉਂਕਿ ਬਾਕੀ ਕੰਪਨੀਆਂ ਨੂੰ ਵੀ ਹੁਣ ਕਿਤੇ ਨਾ ਕਿਤੇ ਕੰਨ ਜਿਹੜੇ ਇਸ ਦੇ ਪ੍ਰਤੀ ਹੋਣਗੇ ਵੀ ਜੇ ਅਸੀਂ ਵੀ ਆਪਣੀਆਂ ਓਪੀਆਈਡ ਦੀਆਂ ਜਿਹੜੀਆਂ ਗੋਲੀਆਂ ਜਾਂ ਦਵਾਈਆਂ ਉਸ ਨੂੰ ਡਾਕਟਰਾਂ ਦੇ ਜ਼ਰੀਏ ਹਸਪਤਾਲਾਂ ਦੇ ਜ਼ਰੀਏ ਜ਼ਿਆਦਾ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕ ਇਸ ਦੇ ਖਿਲਾਫ਼ ਜਿਹੜੇ ਆ ਉਹ ਆ ਸਕਦੇ ਨੇ। ਅਤੇ ਇਹ ਹੁਣ ਜਿਹੜਾ ਉਹ ਦੇਖਣ ਵਾਲੀ ਗੱਲ ਹੋਊਗੀ ਕੀ ਹੋਊਗਾ। ਹਰਜੋਤ ਸਿੰਘ ਜੀ, ਇਸ ਦੇ ਵਿੱਚ 48 ਸਟੇਟ ਅਤੇ 2000 ਲੋਕਲ ਅਤੇ ਟ੍ਰਾਈਬਲ ਗੌਰਮੈਂਟਸ ਆ ਉਹਨਾਂ ਨੇ ਵੀ ਅਜਿਹੀਆਂ ਕੰਪਨੀਆਂ ਨੂੰ ਵੱਖ ਵੱਖ ਕੰਪਨੀਆਂ ਨੂੰ ਸੂ ਕੀਤਾ ਹੋਇਆ ਆ। ਸੋ 4 ਲੱਖ ਤੋਂ ਵੱਧ ਲੋਕ ਓਪੀਆਈਡ ਓਵਰਡੋਜ਼ ਓਪੀਆਈਡ ਕ੍ਰਾਈਸਿਸ ਦੇ ਕਰਕੇ ਜ਼ਿਆਦਾ ਮਾਤਰਾ 'ਚ ਓਪੀਆਈਡ ਲੈਣ ਦੇ ਕਰਕੇ ਉਹ ਮਾਰੇ ਜਾ ਚੁੱਕੇ ਨੇ 2007 ਤੋਂ ਲੈ ਕੇ ਹੁਣ ਤੱਕ। ਇਹ US ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਜਿਹੜੇ ਅੰਕੜੇ ਆ ਉਹ ਦੱਸਦੇ ਨੇ 2017 ਅਤੇ 2018 ਦੇ ਵਿੱਚ 47,000 ਤੋਂ ਵੱਧ ਮੌਤਾਂ ਹਰ ਸਾਲ ਜਿਹੜੀਆਂ ਆ ਇਸ ਦੇ ਕਰਕੇ ਉਹ ਹੋਈਆਂ ਨੇ। ਸੋ ਇਹ ਜਿਹੜਾ ਆ ਉਹ ਜਿਹੜਾ ਇੱਕ ਸਮੱਸਿਆ ਬਹੁਤ ਵੱਡੀ ਆ। 2015 ਦੇ ਵਿੱਚ ਹਰਜੋਤ ਸਿੰਘ ਜੀ ਜੇ ਇਸ ਨੂੰ ਆਰਥਿਕ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਕਹਿੰਦੇ $500 ਬਿਲੀਅਨ ਦਾ ਖਰਚਾ ਇਸ ਓਪੀਆਈਡ ਕ੍ਰਾਈਸਿਸ ਦੇ ਕਰਕੇ ਜਿਹੜਾ ਉਹ ਪਿਆ ਆ। ਵਾਈਟ ਹਾਊਸ ਦੇ ਕੌਂਸਲ ਆਫ ਇਕਨੋਮਿਕ ਐਡਵਾਈਜ਼ਰ ਉਹਨਾਂ ਨੇ ਕੁਛ ਸਾਲ ਪਹਿਲਾਂ ਜਿਹੜੀ ਇੱਕ ਰਿਪੋਰਟ ਸ਼ਾਇਆ ਕੀਤੀ ਸੀ ਉਸ ਦੇ ਵਿੱਚ ਇਹ ਅੰਕੜੇ ਜਿਹੜੇ ਉਹ ਸਾਹਮਣੇ ਆਏ ਆ। ਕਹਿੰਦੇ ਵੀ ਓਪੀਆਈਡ ਕ੍ਰਾਈਸਿਸ ਦਾ ਇਹੀ ਆ ਵੀ ਜਦੋਂ ਪੇਨ ਜਿਹੜੇ ਖਾਸ ਕਰਕੇ ਪੇਨ ਰਿਲੀਵਰ ਜਿਹੜੀਆਂ ਗੋਲੀਆਂ ਹੁੰਦੀਆਂ ਆ ਜਿਨ੍ਹਾਂ ਵਿੱਚ ਆਈਬੀਬਰੂਫਨ, ਆਕਸੀਕੋਡਨ ਅਤੇ ਹੋਰ ਕਈ ਤਰ੍ਹਾਂ ਦੀਆਂ, ਨਾਟ ਆਈਬੀਬਰੂਫਨ ਨਹੀਂ, ਆਕਸੀਕੋਡਨ ਅਤੇ ਹੋਰ ਇਹਦੇ ਨਾਲ ਸੰਬੰਧਿਤ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਗੋਲੀਆਂ ਹੁੰਦੀਆਂ ਜਿਨ੍ਹਾਂ 'ਚ ਓਪੀਆਈਡਸ ਹੁੰਦੇ ਆ, ਯਾਨੀ ਕਿ ਕੁਛ ਇੱਦਾਂ ਦਾ ਨਸ਼ੀਲਾ ਪਦਾਰਥ ਹੁੰਦਾ ਜਿਹੜਾ ਤੁਹਾਡਾ ਪੇਨ ਆ ਉਸ ਨੂੰ ਰਿਲੀਵ ਕਰਦਾ ਆ, ਪਰ ਲੋਕ ਹੌਲੀ ਹੌਲੀ ਉਸ 'ਤੇ ਅਡਿਕਟਿਵ ਹੋ ਜਾਂਦੇ ਆ। ਜਿਹੜੇ ਕਈ ਘਰਾਂ ਦੇ ਵਿੱਚ ਇਹ ਪਹੁੰਚ ਜਾਂਦੀਆਂ ਉੱਥੇ ਕੋਈ ਬੱਚੇ ਹੁੰਦੇ ਆ, ਕੁਛ ਆਲਰੇਡੀ ਨਸ਼ੇ ਜਿਹੜੇ ਹੋਰ ਤਰ੍ਹਾਂ ਦੇ ਕਰ ਰਹੇ ਹੁੰਦੇ ਉਹ ਇਸ ਪਾਸੇ ਵੱਲ ਨੂੰ ਲੱਗ ਜਾਂਦੇ, ਬਾਅਦ 'ਚ ਚੋਰੀ ਕਰਕੇ ਇਹ ਖਾਣ ਲੱਗ ਜਾਂਦੇ ਨੇ, ਜ਼ਿਆਦੀਆਂ ਖਾਣ ਲੱਗ ਜਾਂਦੇ ਨੇ ਅਤੇ ਉਹਦੇ ਕਰਕੇ ਜਿਹੜੀਆਂ ਆ ਉਹ ਮੌਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕਹਿੰਦੇ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਕੈਂਸਰ ਦੇ ਪੇਸ਼ੈਂਟਸ ਨੂੰ ਸਭ ਤੋਂ ਜ਼ਿਆਦਾ ਜਿਹੜੀ ਓਪੀਆਈਡ ਦੀਆਂ ਗੋਲੀਆਂ ਪ੍ਰਿਸਕ੍ਰਾਈਬ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਸੀਗੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਓਪੀਆਈਡ ਦੀਆਂ ਗੋਲੀਆਂ ਜਿਹੜੀਆਂ ਆਮ ਪੀੜ ਤੋਂ ਲੈ ਕੇ ਅਤੇ ਕੈਂਸਰ ਤੱਕ ਉਹ ਹਰ ਇੱਕ ਚੀਜ਼ ਦੇ ਲਈ ਜਿਹੜੀਆਂ ਉਹ ਵਰਤੀਆਂ ਜਾਣ ਲੱਗ ਗਈਆਂ। ਅਤੇ ਇਹ ਜਿਹੜਾ ਕ੍ਰਾਈਸਿਸ ਆ ਹੱਦੋਂ ਵੱਧ ਜਿਹੜਾ ਆ ਉਹ ਵੱਧ ਗਿਆ ਅਤੇ ਹੱਥੋਂ ਬਾਹਰ ਜਿਹੜਾ ਉਹ ਹੋ ਗਿਆ ਅਤੇ ਜੌਨਸਨ ਐਂਡ ਜੌਨਸਨ ਨੂੰ ਹੁਣ
$572 million ਡਾਲਰ ਦਾ ਜੁਰਮਾਨਾ ਪਾ ਕੇ ਅਦਾਲਤ ਨੇ ਨਵੇਂ ਦਰਵਾਜ਼ੇ ਜਿਹੜੇ ਇਸ ਚੀਜ਼ ਦੇ ਲਈ ਖੋਲ੍ਹ ਦਿੱਤੇ ਆ, ਇਸ ਕ੍ਰਾਈਸਿਸ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਕੰਟਰੋਲ ਪਾਉਣ ਦੇ ਲਈ, ਅਤੇ ਖਾਸ ਕਰਕੇ ਜਿਹੜੇ ਕਥਿਤ ਦੋਸ਼ੀ ਨੇ ਫਾਰਮਾਸਿਊਟੀਕਲ ਕੰਪਨੀਜ਼ ਉਹਨਾਂ ਨੂੰ ਜਿਹੜਾ ਸ਼ਿਕੰਜੇ 'ਚ ਕੱਸਣ ਦੇ ਲਈ। ਜੀ, ਅਗਲੀ ਖਬਰ ਬਾਅਦ ਚੱਲੀ ਹੈ, ਜਿਹੜੇ ਜੈਫਰੀ ਐਪਸਟੈਨ ਆ ਉਹਦੇ ਬਾਬਤ ਅਸੀਂ ਕਾਫੀ ਹਫ਼ਤਿਆਂ ਤੋਂ ਜਿਹੜੀਆਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ, ਜਿਸ ਨੂੰ ਜੇਲ੍ਹ ਦੇ ਵਿੱਚ ਉਹਦੀ ਬੋਡੀ ਮਿਲੀ ਆ। ਜੈਫਰੀ ਐਪਸਟੈਨ ਉਹ ਬੰਦਾ ਆ ਜਿਸ ਨੇ 2002 ਤੋਂ ਲੈ ਕੇ 2005 ਤੱਕ ਸੈਕਸ ਟ੍ਰੈਫਿਕਿੰਗ ਰਿੰਗ ਜਿਹੜਾ ਰਨ ਕੀਤਾ ਸੀ, ਜਿਹਦੇ ਵਿੱਚ 18 ਸਾਲ ਤੋਂ ਘੱਟ ਉਮਰ ਦੀਆਂ ਜਿਹੜੀਆਂ ਬੱਚੀਆਂ ਸੀਆਂ ਉਹਨਾਂ ਦੇ ਨਾਲ ਘਿਨਾਉਣੇ ਕੰਮ ਕੀਤੇ ਜਾਂਦੇ ਸੀ, ਅਤੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀ। ਅਤੇ ਜਦੋਂ ਉਸ ਦੀ ਸਵੇਰੇ ਜਦੋਂ ਉਹ 10 ਅਗਸਤ ਨੂੰ ਕਹਿੰਦੇ ਵੀ ਬ੍ਰੇਕਫਾਸਟ ਦੇਣ ਗਏ ਕਰੈਕਸ਼ਨਲ ਆਫਿਸਰ, ਅਤੇ ਉਹਦੀ ਬੋਡੀ ਮਿਲੀ, ਜਦੋਂ ਕਿ ਕਹਿੰਦੇ ਵੀ ਉਹ ਸੂਸਾਈਡ ਵਾਚ ਦੇ ਉੱਤੇ ਹੋਣਾ ਚਾਹੀਦਾ ਸੀ, ਅਤੇ ਉਹਦੇ ਰੂਮ ਦੇ ਵਿੱਚ ਇੱਕ ਹੋਰ ਕੈਦੀ ਵੀ ਹੋਣਾ ਚਾਹੀਦਾ ਸੀ। ਅਤੇ ਉਹ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈਗੀ ਆ ਉਹਦੇ ਵਿੱਚ ਇਹ ਵੀ ਪਤਾ ਲੱਗਾ ਵੀ ਉੱਥੇ ਦੇ ਜਿਹੜੇ ਲੌਗਸ ਹੁੰਦੇ ਹੈਗੇ, ਜਦੋਂ ਉਹ ਪੂਰਾ ਡਾਟਾ ਲਿਖਦੇ ਹੈਗੇ ਆ ਕਿਹੜੇ ਟਾਈਮ ਕੋ ਚੈੱਕ ਕਰਨ ਗਿਆ, ਉਹ ਵੀ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਝੂਠੇ ਪਾਏ ਗਏ। ਅਤੇ ਹੁਣ ਜਿਹੜੀ ਫੁਟੇਜ ਵੀ ਜਿਹੜੀ ਮਿਲੀ ਹੈਗੀ ਕੈਮਰਿਆਂ ਤੋਂ, ਉਹ ਕਹਿੰਦੇ ਆ ਵੀ ਉਹ ਯੂਜ਼ ਏ ਨਹੀਂ ਹੋ ਸਕਦੀ, ਉਹ ਕਲੀਅਰ ਨਹੀਂ ਹੈਗੀ। ਸੋ ਸ਼ਰੇਆਮ ਲੱਗਦਾ ਆ ਵੀ ਕਿਸੇ ਨਾ ਕਿਸੇ ਨੇ ਉਸ ਨੂੰ ਜਿਹੜਾ ਮਾਰਿਆ ਹੈਗਾ, ਕਿਉਂਕਿ ਉਹਦੇ ਨਾਲ ਬਹੁਤ ਹੀ ਜ਼ਿਆਦਾ ਹਾਈ ਨੌਚ ਪੋਲੀਟੀਸ਼ੀਅਨ, ਇੰਗਲੈਂਡ ਦਾ ਇੱਕ ਪ੍ਰਿੰਸ, ਹੋਰ ਕਈ ਜਿਹੜੇ ਬੰਦੇ ਆ ਯੂਨੀਵਰਸਿਟੀ ਦੇ ਟੌਪ ਦੇ ਪ੍ਰੋਫੈਸਰ, ਜਿਹੜੀਆਂ ਵੈੱਲ ਨੋਨ ਯੂਨੀਵਰਸਿਟੀਆਂ, ਉਹ ਇਸ ਜਿਹੜਾ ਸੈਕਸ ਟ੍ਰੈਫਿਕਿੰਗ ਰਿੰਗ ਆ ਉਹਦੇ ਵਿੱਚ ਇਨਵੋਲਵ ਹੁੰਦੇ ਸੀ, ਅਤੇ ਦੋਨਾਂ ਪਾਰਟੀਆਂ ਦੇ ਜਿਹੜੇ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਬੰਦੇ ਵੀ ਜਿਹੜੇ ਇਨਵੋਲਵ ਹੁੰਦੇ ਸੀ। ਸੋ ਇਹ ਤੋਂ ਲੱਗਦਾ ਆ ਵੀ ਉਸ ਦੀ ਕਿਸੇ ਨਾ ਕਿਸੇ ਨੇ ਜਿਹੜੀ ਆ ਉੱਥੇ ਉਹਦਾ ਜਿਹੜਾ ਉਹਨੂੰ ਮਾਰ ਕੇ ਮਾਰ ਦਿੱਤਾ, ਅਤੇ ਉਹ ਹੁਣ ਕੋਈ ਵੀ ਜਿਹੜਾ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ। ਦੇਖੋ ਇਹ ਜੇਲ੍ਹ ਦੀ ਗੱਲ ਆ ਅੰਦਰ ਸਾਹਿਬ ਜੀ, ਅਤੇ ਉੱਦਾਂ ਜਿਹੜੇ ਉੱਥੇ ਦੇ ਮੈਡੀਕਲ ਐਗਜ਼ਾਮਿਨਰ ਸੀਗੇ ਉਹਨਾਂ ਨੇ ਇਸ ਮੌਤ ਨੂੰ ਜਿਹੜਾ ਆ ਉਹ ਆਤਮ ਹੱਤਿਆ ਜਿਹੜੀ ਕੋਸ਼ਿਸ਼ ਆ ਉਹ ਕਰ ਦਿੱਤਾ ਸੀਗਾ। ਸੋ ਇਹ ਕੁਛ ਜਿਹੜਾ ਉੱਥੇ ਹੋ ਰਿਹਾ ਆ। ਸੋ ਕਈ ਤਰੀਕੇ ਦੇ ਕਥਿਤ ਇਲਜ਼ਾਮ ਦੂਸ਼ਣਬਾਜ਼ੀਆਂ ਜਿਹੜੀਆਂ ਇਸ ਦੇ ਬਾਬਤ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਨੇ। ਜੀ, ਪ੍ਰਿੰਸ ਐਂਡਰਿਊ ਜਿਹੜਾ ਆ ਉਸ ਨੇ ਵੀ ਜਿਹੜੀਆਂ ਕਾਫੀ ਈਮੇਲਸ ਹੈਗੀਆਂ ਜੈਫਰੀ ਐਪਸਟੀਨ ਨੂੰ ਜਿਹੜੀਆਂ ਕੀਤੀਆਂ ਸੀਗੀਆਂ, ਹੁਣ ਉਹਦੇ ਸੰਬੰਧ ਦੇ ਵਿੱਚ ਜਿਹੜੀ ਕਹਿੰਦੇ FBI ਆ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਉਹ ਸਾਰਾ ਕੁਛ ਉਸ ਨੂੰ ਇਨਵੈਸਟੀਗੇਟ ਕਰੇਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਬੀਤੇ ਦਿਨਾਂ ਦੇ ਵਿੱਚ ਨਿਊਯਾਰਕ ਦੇ ਅਟਰਨੀ ਜਨਰਲ ਨੇ ਜਿਹੜਾ ਦੱਸਿਆ ਆ ਵੀ ਜਿਹੜਾ ਡਾਲਰ ਜਨਰਲ ਆ ਅਤੇ ਡਾਲਰ ਟ੍ਰੀ ਆ ਉਹਨਾਂ ਨੂੰ 1.2 ਮਿਲੀਅਨ ਡਾਲਰ ਦਾ ਜਿਹੜਾ ਜੁਰਮਾਨਾ ਆ ਉਹ ਉਹਨਾਂ ਨੇ ਹੁਣ ਕੀਤਾ ਆ। ਆਪਾਂ ਓਪੀਏਡ ਦੇ ਕ੍ਰਾਈਸਿਸ ਦੀ ਜਿਹੜੀ ਗੱਲ ਕਰਕੇ ਹੁਣੇ ਹਟੇ ਹਾਂ ਵੀ ਦਵਾਈਆਂ ਦੇ ਨਾਲ ਹੀ ਸੰਬੰਧਿਤ ਹੈ ਜਿਹੜੀ ਖਬਰ ਵੀ, ਕਿਉਂਕਿ ਕਹਿੰਦੇ ਜਿਹੜੇ ਇਹਨਾਂ ਨੇ ਐਕਸਪਾਇਰਡ ਪ੍ਰੋਡਕਟ ਅਤੇ ਐਕਸਪਾਇਰਡ ਡਰੱਗਸ ਜਿਹੜੇ ਆ ਉਹ ਲੋਕਾਂ ਨੂੰ ਵੇਚਦੇ ਰਹੇ ਆ, ਡਾਲਰ ਟ੍ਰੀ ਅਤੇ ਡਾਲਰ ਜਨਰਲ ਵਾਲੇ। ਡਾਲਰ ਜਨਰਲ ਵਾਲਿਆਂ ਦਾ ਸਭ ਨੂੰ ਹੀ ਪਤਾ ਹੈ ਵੀ ਜਿਹੜੇ ਖਾਸ ਕਰਕੇ ਮੋਮ ਐਂਡ ਪੌਪ ਸ਼ੋਪਸ ਵਾਲੇ ਉਸ ਤੋਂ ਬਹੁਤ ਦੁਖੀ ਸੀਗੇ ਵੀ ਇਹ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਇਸ ਟਾਈਮ ਖੁੰਭਾਂ ਵਾਂਗੂ ਜਿਹੜੇ ਉੱਗ ਰਹੇ ਨੇ, ਇੱਕ ਇੱਕ ਸ਼ਹਿਰ 'ਚ ਕਈ ਵਾਰੀ ਦੋ ਦੋ ਤਿੰਨ ਤਿੰਨ ਜਿਹੜੀਆਂ ਡਾਲਰ ਜਨਰਲ ਜਿਹੜੀਆਂ ਉਹ ਆ ਰਹੀਆਂ ਨੇ, ਜਿੱਥੇ ਜਿੱਥੇ ਖਾਸ ਕਰਕੇ ਨੇਬਰਹੁੱਡਸ ਦੇ ਵਿੱਚ ਮੋਮ ਐਂਡ ਪੌਪ ਸ਼ੋਪਸ ਜਿਹੜੀਆਂ ਆ ਉਹ ਚੱਲਦੀਆਂ ਸੀਗੀਆਂ। ਸੋ ਬਿਲਕੁਲ ਇਸ ਜਿਹੜਾ ਡਾਲਰ ਸਟੋਰ ਹੈਗੇ ਆ ਇਹਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਸੀ, 99%+ ਸਟੋਰ, ਅਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਇੱਕ ਬਹੁਤ ਜ਼ਿਆਦਾ ਐਕਸਪੈਂਡ ਹੋਏ, ਇਹਨਾਂ ਨੇ ਸਾਰਾ ਹੀ ਬਿਜ਼ਨਸ ਉਹ ਛੋਟੇ ਛੋਟੇ ਸਟੋਰਾਂ ਦਾ ਮਾਰ ਦਿੱਤਾ ਡਾਲਰ ਜਨਰਲ ਸਟੋਰਾਂ ਨੇ। ਹੁਣ ਕਈ ਵਾਰੀ ਆਪਾਂ ਦੇਖਦੇ ਹਾਂ ਕਈ ਵਾਰੀ ਆਪਣੇ ਵੀ ਬੰਦੇ ਕਰਨ ਲੱਗ ਪੈਂਦੇ ਆ ਵੀ ਦੇਖੋ ਜੀ ਇਹ ਗੋਰਿਆਂ ਦਾ ਸਟੋਰ ਆ, ਕਲੀਨ ਆ, ਜੇ ਆ ਵੋ ਆ। ਹੁਣ ਦੇਖੋ $12 ਲੱਖ ਦਾ ਉਹਨਾਂ ਨੂੰ ਫਾਈਨ ਹੋਇਆ ਜਿਹੜੀਆਂ ਦਵਾਈਆਂ ਐਕਸਪਾਇਰਡ ਹੋਈਆਂ ਸੈੱਲ ਕਰ ਰਹੇ ਸੀ, ਅਤੇ ਡਾਲਰ ਜਨਰਲ ਸਟੋਰ ਜਿਹੜਾ। ਜੀ ਜੀ ਬਿਲਕੁਲ, ਇਹ ਡਾਲਰ ਟ੍ਰੀ ਜਿਹੜਾ ਫੈਮਿਲੀ ਡਾਲਰ ਹੁੰਦਾ ਸੀਗਾ ਪਹਿਲਾਂ, ਉਸ ਨੂੰ ਜਿਹੜਾ ਡਾਲਰ ਟ੍ਰੀ ਵਾਲਿਆਂ ਨੇ ਐਕਵਾਇਰ ਕਰ ਲਿਆ ਸੀਗਾ, ਫਿਰ ਉਸ ਤੋਂ ਬਾਅਦ ਵਿੱਚ ਡਾਲਰ ਜਨਰਲ ਜਿਹੜਾ ਉਹ ਆ ਗਿਆ। ਉਹਨਾਂ ਨੇ ਮੋਟਰ ਆਇਲ ਜਿਹੜਾ ਓਬਸਲੀਟ ਹੋ ਚੁੱਕਾ ਸੀਗਾ, ਜਿਹੜਾ ਵਰਤਿਆ ਵੀ ਨਹੀਂ ਸੀ ਜਾਂਦਾ ਗੱਡੀਆਂ ਦੇ ਵਿੱਚ, ਉਹ ਵੀ ਜਿਹੜੇ ਆ ਉਹ ਵੇਚਦੇ ਰਹੇ। ਉਸ ਟਾਈਮ ਦੇ ਉੱਤੇ ਇਹਨਾਂ ਨੇ 1.1 ਮਿਲੀਅਨ ਡਾਲਰ ਦਾ ਜੁਰਮਾਨਾ ਪੇ ਕਰਨ ਦੇ ਲਈ ਸੈਟਲਮੈਂਟ ਜਿਹੜੀ ਉਹ ਕੀਤੀ ਆ ਕੀਤੀ ਸੀਗੀ। ਸੋ ਇੱਦਾਂ ਦਾ ਜਿਹੜਾ ਕੰਮ ਆ ਲਗਾਤਾਰ ਇਹ ਕਰੀ ਜਾ ਰਹੇ ਸੀਗੇ। ਡਾਲਰ ਟ੍ਰੀ ਵਾਲਿਆਂ ਨੇ ਜਿਹੜੇ ਕਹਿੰਦੇ ਵੀ ਇਸ ਦੇ ਵਿੱਚ $1 ਲੱਖ ਜਿਹੜਾ ਉਹਨਾਂ ਨੇ ਦੇਣਾ, ਬਾਕੀ ਬਹੁਤਾ ਜੁਰਮਾਨਾ ਜਿਹੜਾ ਡਾਲਰ ਜਨਰਲ ਵਾਲਿਆਂ ਨੂੰ ਜਿਹੜਾ ਇਸ ਦੇ ਵਿੱਚ ਪਾਇਆ ਗਿਆ ਆ। ਸੋ ਜਦੋਂ ਵੀ ਤੁਸੀਂ ਜਾਂਦੇ ਹੋ ਕੋਈ ਵੀ ਪ੍ਰੋਡਕਟ ਵਗੈਰਾ ਖਰੀਦਦੇ ਹੋ, ਇਹ ਕਰੀ ਜਿਹੜੀ ਖਾਸ ਕਰਕੇ ਖਾਣ ਵਾਲੀ ਕੋਈ ਚੀਜ਼ ਆ, ਦਵਾਈ ਆ, ਉਸ ਦੀ ਐਕਸਪਾਇਰੇਸ਼ਨ ਡੇਟ ਜਿਹੜੀ ਆ ਜ਼ਰੂਰ ਚੈੱਕ ਕਰਿਆ ਕਰੋ, ਬਾਅਦ ਦੇ ਵਿੱਚ ਸਮੱਸਿਆ ਜਿਹੜੀ ਉਹ ਆ ਜਾਂਦੀ ਆ। ਦੇਖੋ ਕੋਰਟ ਦੇ ਰਸਤੇ ਤਾਂ ਹੈਗੇ ਆ, ਪਰ ਉਸ ਤੋਂ ਪਹਿਲਾਂ ਜਿਹੜੀ ਸਿਹਤ ਨਾ ਖਰਾਬ ਹੋ ਜਾਵੇ ਉਸ ਦਾ ਜਿਹੜਾ ਬਚਾਅ ਆ
ਉਹ ਤੁਸੀਂ ਕਰੋ। ਕਈ ਵਾਰੀ ਦਵਾਈਆਂ ਬਹੁਤ ਜ਼ਿਆਦਾ ਜਿਹੜਾ ਆ ਉਹ ਭੈੜਾ ਅਸਰ ਜਿਹੜਾ ਸਾਈਡ ਇਫੈਕਟ ਕਰ ਜਾਂਦੀਆਂ ਨੇ ਐਕਸਪਾਇਰਡ ਹੋਈਆਂ ਜੀ। ਸੋ ਬਿਲਕੁਲ ਦੇਖੋ ਸਿਹਤ ਤਾਂ ਖਰਾਬ ਹੈ, ਨਾਲ ਜਿਹੜੇ ਕਾਰਾਂ ਦੇ ਵਿੱਚ ਤੁਸੀਂ ਤੇਲ ਚੇਂਜ ਕਰਨਾ, ਕਾਰ ਖਰਾਬ ਹੋ ਜੂ, ਆਉਣਾ ਜਾਣਾ ਕਿੱਦਾਂ ਫਿਰ ਜੀ। ਸੋ ਉਹਨਾਂ ਨੇ ਜਿਹੜੇ ਕਹਿੰਦੇ ਡਾਲਰ ਜਨਰਲ ਅਤੇ ਡਾਲਰ ਟਰੀ ਜਿਹੜੇ ਦੋਨਾਂ ਨੇ ਆਪਣਾ ਸੈਕਿੰਡ ਕੁਆਟਰ ਅਰਨਿੰਗਸ ਜਿਹੜੀਆਂ ਆ ਉਹ ਇਸ ਵੀਰਵਾਰ ਨੂੰ ਜਿਹੜੀਆਂ ਰਿਪੋਰਟ ਕਰਨੀਆਂ ਹੈਗੀਆਂ। ਲਓ ਜੀ ਹੋ ਗਿਆ ਕੰਮ, ਉਹਨਾਂ ਦਾ ਸ਼ੇਅਰ ਇੱਕ ਡਾਲਰ 57 ਸੈਂਟ ਦੇ ਉੱਤੇ ਹੈਗਾ ਅਤੇ ਸੇਲਸ ਬਹੁਤ ਜ਼ਿਆਦਾ ਹੈਗੀਆਂ ਆ। ਅਤੇ ਇਹ ਹੁਣ ਦੇਖੋ ਬਈ ਸੋ ਆਪਣੇ ਵੀਰਵਾਰ ਨੂੰ ਜਿਹੜਾ ਕੀ ਹੁੰਦਾ ਹੈਗਾ। ਪਰ ਇੱਕ ਗੱਲ ਜ਼ਰੂਰ ਆ, ਜਿਸ ਤਰ੍ਹਾਂ ਊਬਰ ਲਿਫਟ ਜਾਂ ਹੋਰ ਇਹ ਕੰਪਨੀਆਂ ਇਹਨਾਂ ਨੇ ਟੈਕਸੀ ਬਿਜ਼ਨਸ ਮਾਰਤਾ, ਅਤੇ ਜਿਹੜੇ ਡਾਲਰ ਜਨਰਲ ਅਤੇ ਡਾਲਰ ਟਰੀ ਸੀ ਇਹਨਾਂ ਨੇ ਛੋਟੇ ਛੋਟੇ ਜਿੰਨੇ ਵੀ 99 ਪਲੱਸ ਡਾਲਰ ਸਟੋਰ ਜਿਹੜੇ ਆਮ ਮੋਮ ਐਂਡ ਪੋਪ ਸ਼ੋਪ ਸੀਗੀਆਂ ਉਹ ਸਾਰੇ ਹੀ ਇਹਨਾਂ ਨੇ ਮਾਰ ਦਿੱਤੀਆਂ, ਕਾਫੀ ਡਾਊਨ ਉਹਨਾਂ ਦਾ ਕੰਮ ਕੀਤਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਇੱਕ ਜਿਹੜੀ ਖਬਰ ਆਪਣੀ ਕਮਿਊਨਿਟੀ ਦੇ ਨਾਲ ਵੀ ਜੁੜੀ ਹੋਈ ਉਹ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਉਸ ਦੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ। ਬੇਕਰਸਫੀਲਡ ਇਲਾਕੇ ਤੋਂ ਇੱਕ ਵਾਰੀ ਫਿਰ ਇੱਕ ਖੌਫਨਾਕ ਦਰਦਨਾਕ ਖਬਰ ਜਿਹੜੀ ਉੱਧਰੋਂ ਆ ਰਹੀ ਆ, ਅਤੇ ਟਰੇਸੀ ਤੋਂ ਵੀ ਦੋ ਜੀ ਟਰੇਸੀ ਤੋਂ ਵੀ ਜਿਹੜੀ ਉਹ ਆ ਰਹੀ ਆਪਣੀ ਕਮਿਊਨਿਟੀ ਨਾਲ ਜੁੜੀ ਆ। ਅਤੇ ਉਸ ਤੋਂ ਪਹਿਲਾਂ ਜਿਹੜੀ ਦੱਸ ਜਾਈਏ, ਇਜ਼ਰਾਈਲ ਵਾਲਿਆਂ ਨੇ ਕਹਿੰਦੇ ਪਿਛਲੇ ਕੁਛ ਦਿਨਾਂ ਦੇ ਵਿੱਚ 4 ਵੱਖ ਵੱਖ ਮੁਲਕਾਂ ਦੇ ਉੱਤੇ ਹਮਲੇ ਜਿਹੜੇ ਕੀਤੇ, ਕਿਸੇ ਦੇ ਉੱਤੇ ਡਰੋਨ ਅਤੇ ਕਿਸੇ ਦੇ ਨਾਲ ਕਹਿੰਦੇ ਜਿਹੜੇ ਮਿਜ਼ਾਈਲ ਦੇ ਨਾਲ ਹਮਲਾ ਕੀਤਾ ਆ। ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਆ ਬੈਂਜਾਮਿਨ ਨਤਨਯਾਹੂ, ਉਹ ਲੈਬਨਨ ਦੇ ਵਿੱਚ ਜਿਹੜਾ ਉੱਥੇ ਪਹੁੰਚਿਆ, ਲੈਬਨਨ ਦੇ ਉੱਤੇ ਇੱਕ ਡਰੋਨ ਹਮਲਾ ਜਿਹੜਾ ਉੱਥੇ ਹੋਇਆ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਹਜ਼ਬੁੱਲਾ ਦੇ ਜਿਹੜੇ ਚੀਫ ਆ ਉਹ ਥੋੜ੍ਹੇ ਗਰਮਜੋਸ਼ੀ ਦੇ ਵਿੱਚ ਵੀ ਜਿਹੜੇ ਉਹ ਆਏ ਆ, ਅਤੇ ਨਤਨਯਾਹੂ ਜਿਹੜਾ ਉਹ ਕਹਿ ਰਿਹਾ ਆ ਵੀ ਹਜ਼ਬੁੱਲਾ ਵਾਲਿਓ ਸ਼ਾਂਤ ਰਹੋ, ਐਡੀ ਕੋਈ ਐਸੀ ਗੱਲ ਜਿਹੜੀ ਆ ਉਹ ਨਹੀਂ ਹੋ ਗਈ। ਸੋ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਉਹ ਆਖਿਆ ਆ। ਸੋ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਇਜ਼ਰਾਈਲ ਵਾਲੇ ਲਗਾਤਾਰ ਆਪਣਾ ਜਿਹੜਾ ਇਹ ਅਟੈਕ ਆ ਇਨੀਸ਼ੀਏਟਿਵ ਆ ਉਹ ਵੱਖ ਵੱਖ ਮੁਲਕਾਂ ਦੇ ਉੱਤੇ, ਖਾਸ ਕਰਕੇ ਪੈਲਸਤੀਨ ਦੇ ਖਿਲਾਫ ਜਿਹੜੇ ਉਹ ਜ਼ੋਰਾਂ ਸ਼ੋਰਾਂ ਦੇ ਨਾਲ ਲੱਗੇ ਹੋਏ ਆ। ਬੀਤੇ ਦਿਨਾਂ ਦੇ ਵਿੱਚ ਪਿਛਲੇ ਵੀਕਾਂ ਦੇ ਵਿੱਚ ਜਿਹੜੀ ਇੱਕ ਖਬਰ ਜਿਹੜੀ ਆ ਰਹੀ ਸੀ ਵੀ ਵੈਸਟ ਬੈਂਕ ਦੇ ਵਿੱਚ ਇਹਨਾਂ ਨੇ ਨਵੀਆਂ ਜਿਹੜੀਆਂ ਹੋਰ ਸੈਟਲਮੈਂਟਸ ਬਗੈਰ ਕਿਸੇ ਜਿਹੜੇ ਕਹਿ ਲਓ ਵੀ ਅਧਿਕਾਰਤ ਦਸਤਾਵੇਜ਼ਾਂ ਤੋਂ ਜਾਂ ਉਹ ਆਥੋਰਾਈਜੇਸ਼ਨ ਤੋਂ ਬਗੈਰ ਜਿਹੜੀ ਆ ਉਹਨਾਂ ਨੇ ਉੱਥੇ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਅਤੇ ਜਿਹੜੇ ਫੈਲਸਤੀਨ ਉੱਥੇ ਇਲਾਕੇ ਦੇ ਵਿੱਚ ਜਿਹੜੇ ਰਹਿ ਰਹੇ ਸੀ ਉਹਨਾਂ ਨੂੰ ਉੱਥੋਂ ਜਿਹੜਾ ਉੱਥੇ ਖਦੇੜ ਰਹੇ ਆ। ਹੁਣ ਜੇ ਕੋਈ ਇਜ਼ਰਾਈਲ ਦੇ ਖਿਲਾਫ ਕੋਈ ਇੱਦਾਂ ਗੱਲ ਕਰਦਾ ਆ ਅਤੇ ਉਹਨਾਂ ਨੂੰ ਐਂਟੀ ਸਮੈਟਿਕ ਕਹਿ ਕੇ ਜਿਹੜਾ ਕਾਫੀ ਜ਼ਿਆਦਾ ਭੰਡਿਆ ਜਾਂਦਾ ਆ, ਅਤੇ ਉਹਨਾਂ ਦੇ ਵਿੱਚ ਆਪਣੀਆਂ ਦੋ ਕਾਂਗਰਸ ਵੂਮੈਨ ਅਮੈਰੀਕਾ ਦੀਆਂ ਜਿਹੜੀਆਂ ਹੈਗੀਆਂ, ਇਲਹਾਨ ਉਮਰ ਅਤੇ ਰਸ਼ੀਦਾ ਤਾਲਿਬ, ਉਹਨਾਂ ਦੋਨਾਂ ਨੂੰ ਇਸ ਦਾ ਜਿਹੜਾ ਸੇਕ ਆ ਉਹ ਝੱਲਣਾ ਪਿਆ ਸੀਗਾ। ਹੁਣ ਦੇਖੋ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਇਹ ਗਲਤ ਨਹੀਂ ਕਰ ਰਹੇ, ਹਾਂ ਇਹਨਾਂ ਦੇ ਨਾਲ ਧੱਕਾ ਹੋਇਆ, ਸਾਰੀ ਦੁਨੀਆ ਇਸ ਚੀਜ਼ ਨੂੰ ਉਹ ਮੰਨਦੀ ਆ, ਅਤੇ ਉਹ ਉਸ ਦੇ ਬਦਲੇ ਇਹਨਾਂ ਨੂੰ ਮੁਲਕ ਵੀ ਮਿਲਿਆ, ਇਹਨਾਂ ਨੂੰ ਬਹੁਤ ਕੁਛ ਜਿਹੜਾ ਉਹ ਹੋਇਆ ਵੀ ਆ, ਅਤੇ ਅਜੇ ਵੀ ਉਹਨਾਂ ਜਿਹੜੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਜਿਹੜੀ ਲੋਕ ਆ ਹਮਦਰਦੀ ਰੱਖਦੇ ਆ। ਪਰ ਹੁਣ ਜਿਹੜਾ ਇਹ ਵੀ ਧੱਕਾ ਕਰੀ ਜਾ ਰਹੇ ਉਹ ਵੀ ਜਿਹੜੀ ਉਹ ਠੀਕ ਗੱਲ ਨਹੀਂ ਆ, ਅਤੇ ਅਫਸੋਸ ਵਾਲੀ ਗੱਲ ਅਮੈਰੀਕਾ ਦੇ ਵਿੱਚ ਇਹਨਾਂ ਦੀ ਲੌਬੀ ਜਿਹੜੀ ਕਿਉਂਕਿ ਸਟਰੋਂਗ ਹੋਣ ਕਰਕੇ ਜਿਹੜੇ ਇੱਥੋਂ ਦੇ ਵੀ ਜਿਹੜੇ ਹਿਊਮਨ ਰਾਈਟਸ ਦੇ ਆਪਣੇ ਆਪ ਨੂੰ ਫਰਿਸ਼ਤੇ ਵੀ ਕਹਿ ਲਓ ਕਈ ਵਾਰੀ ਗਵਾਉਂਦੇ ਆ ਵੀ ਅਮਰੀਕਾ ਜਿਹੜਾ ਹਿਊਮਨ ਰਾਈਟਸ ਦੇ ਲਈ ਹਮੇਸ਼ਾ ਜਿਹੜਾ ਆ ਕੇ ਖੜ੍ਹਦਾ ਆ, ਪਰ ਇਹਨਾਂ ਦੀ ਸਟਰੋਂਗ ਲੌਬੀ ਦੇ ਮੋਹਰੇ ਉਹ ਵੀ ਗੋਡੇ ਜਿਹੜਾ ਉਹ ਟੇਕ ਜਾਂਦਾ ਆ। ਜਿਸ ਤਰੀਕੇ ਦਾ ਵਿਵਹਾਰ ਉੱਥੋਂ ਦੇ ਵੀ ਜਿਹੜੇ ਪਹਿਲੋਂ ਰਹਿ ਰਹੇ ਬਛਿੰਦਿਆਂ ਦੇ ਨਾਲ ਵੀ ਹੋ ਰਿਹਾ ਆ, ਜਿਹੜੇ ਵੈਸਟ ਬੈਂਕ ਦੇ ਵਿੱਚ ਜਿਹੜੇ ਫੈਲਸਤੀਨੀ ਵੀ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਨਿੰਦਣਯੋਗ ਹੈ ਜੀ। ਅਗਲੀ ਖਬਰ ਬਾਅਦ ਚਲੀਏ, ਜਿਹੜਾ ਰੂਲਰ ਏਰੀਆ ਹੈਗਾ USA ਦੇ ਵਿੱਚ ਉਹ ਮੋਸਟਲੀ ਕੰਜ਼ਰਵੇਟਿਵ ਪ੍ਰੋ ਰਿਪਬਲਿਕਨ ਹੁੰਦਾ। ਪਿਛਲੀਆਂ ਇਲੈਕਸ਼ਨ ਦੇ ਵਿੱਚ ਜਿਹੜਾ ਆ ਪ੍ਰੈਜੀਡੈਂਟ ਡੋਨਲਡ ਟਰੰਪ ਨੂੰ ਜਿਹੜੇ ਫਾਰਮਰਸ ਆ ਜਾਂ ਰੂਲਰਸ ਆ ਉਹਨਾਂ ਨੇ ਕਾਫੀ ਪੇਂਡੂ ਇਲਾਕਾ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ। ਪਰ ਇਸ ਵਾਰ ਜਿਹੜੇ ਡੈਮੋਕਰੇਟਸ ਆ ਉਹ ਉਸ ਜਿਹੜੀ ਵੋਟ ਬੈਂਕ ਆ ਉਹਦੇ ਪਿੱਛੇ ਜਾ ਰਹੇ ਆ, ਕਿਉਂਕਿ ਜਿਹੜੀਆਂ ਕੁਛ ਕੁ ਪੋਲਸੀਆਂ ਜਿਹੜੀਆਂ ਹੁਣ ਜਦੋਂ ਦਾ ਟੈਰਿਫ ਲੱਗਾ ਆ ਉਹਨਾਂ ਨੇ ਜਿਹੜੇ ਅਮੈਰੀਕਾ ਦੇ ਕਿਸਾਨ ਹੈਗੇ ਆ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਹਿੱਟ ਕੀਤਾ ਹੈਗਾ ਫਾਈਨੈਂਸ਼ਲੀ। ਸੋ ਉਸ ਕਰਕੇ ਜਿਹੜੇ ਡੈਮੋਕਰੇਟਸ ਆ ਉਹ ਟਰਾਈ ਕੋਸ਼ਿਸ਼ ਕਰ ਰਹੇ ਆ ਵੀ 2020 ਦੀਆਂ ਜਿਹੜੀਆਂ ਇਲੈਕਸ਼ਨ ਹੈਗੀਆਂ ਉਹਦੇ ਵਿੱਚ ਜਿੰਨੇ ਵੀ ਅਮੈਰੀਕਾ ਦੇ ਜਿਹੜੇ ਖਾਸ ਕਰਕੇ ਫਾਰਮਿੰਗ ਪੇਂਡੂ ਏਰੀਆਜ਼ ਹੈਗੇ ਆ ਉਹਨਾਂ ਦੇ ਵਿੱਚ ਆਪਣੀ ਪ੍ਰੈਜੈਂਸ ਜਿਹੜੀ ਆ ਵੱਧ ਤੋਂ ਵੱਧ ਬਣਾਈ ਜਾਵੇ।
ਜੋ ਬਾਈਡਨ ਜਿਹੜੇ ਫਰੰਟ ਰਨਰ ਹੈਗੇ ਆ ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਅਤੇ ਯੂ ਐੱਸ ਸੈਨੇਟਰ ਐਲਿਜ਼ਾਬੈਥ ਵੈਰਨ ਐਮੀ ਕਲੋਬਚਰ ਅਤੇ ਹੋਰ ਵੀ ਕਈ ਜਿਹੜੇ ਆ ਉਹ ਆਇਓਵਾ ਦੇ ਵਿੱਚ ਇੰਡੀਆਨਾ ਦੇ ਵਿੱਚ ਜਿਹੜਾ ਆ ਆਪਣਾ ਇਹੀ ਮੁੱਦਾ ਉਠਾ ਰਹੇ ਆ ਵੀ ਦੇਖੋ ਪ੍ਰੈਜ਼ੀਡੈਂਟ ਟਰੰਪ ਦੀਆਂ ਪੋਲਿਸੀਆਂ ਕਰਕੇ ਜਿਹੜਾ ਤੁਹਾਨੂੰ ਇੰਨਾ ਜ਼ਿਆਦਾ ਜਿਹੜਾ ਆ ਘਾਟਾ ਪੈ ਰਿਹਾ ਹੈਗਾ ਅਤੇ ਜਿਹੜੀਆਂ ਤੁਹਾਡੇ ਜਿਹੜੇ ਬੈਂਕਰਪਸੀਆਂ ਹੋਊਗੀਆਂ ਬਹੁਤ ਬੁਰਾ ਹਾਲ ਹੋਊਗਾ। ਪਰ ਕਹਿੰਦੇ ਵੀ ਡੈਮੋਕ੍ਰੇਟਸ ਦੇ ਲਈ ਵੀ ਕਾਫੀ ਇਹ ਸਖਤ ਮਿਹਨਤ ਕਰਨੀ ਪਊਗੀ। ਈਵਨ ਦੋ ਕਹਿੰਦੇ ਉਹਨਾਂ ਦੀ ਪੁਜੀਸ਼ਨ ਮਾੜੀ ਚੱਲ ਰਹੀ ਆ ਪਰ ਸਟਿਲ ਉਹਨਾਂ ਦੀ ਜਿਹੜੀ ਲੀਨਿੰਗ ਹੈਗੀ ਆ ਉਹ ਰਿਪਬਲਿਕਨ ਪਾਰਟੀ ਵੱਲ ਹੈ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਕਹਿੰਦੇ ਇੱਕ ਲਾਸਟ ਸੂਟ ਦੇ ਵਿੱਚ ਪਤਾ ਲੱਗਾ ਆ ਬੇਟਨ ਰੋਗ ਇਲਾਕੇ ਦੇ ਵਿੱਚ ਵੀ ਇੱਕ ਜਿਹੜਾ ਹੋਂਡਰਨ ਬੋਰਨ ਸੀਗਾ ਪਰ ਉਹ ਬਾਅਦ ਦੇ ਵਿੱਚ ਯੂ ਐੱਸ ਸਿਟੀਜ਼ਨ ਜਿਹੜਾ ਉਹ ਬਣ ਚੁੱਕਾ ਸੀਗਾ ਅਤੇ ਉਸ ਨੂੰ ਉਸ ਦੇ ਨਾਮ ਦੇ ਕਰਕੇ ਅਤੇ ਉਸ ਦੀ ਦਿੱਖ ਦੇ ਕਰਕੇ ਜਿਹੜਾ ਆ ਰਮੋਨ ਟੋਰਸ ਨਾਂ ਦਾ ਜਿਹੜਾ ਬੰਦਾ ਆ ਉਸ ਨੂੰ ਉਸਦੇ ਨਾਮ ਦੇ ਕਰਕੇ ਅਤੇ ਦਿੱਖ ਦੇ ਕਰਕੇ ਜਿਹੜੇ ਆਈਸ ਵਾਲਿਆਂ ਨੇ ਗ੍ਰਿਫਤਾਰ ਕਰਕੇ ਉਸਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਡੱਕ ਛੱਡਿਆ ਸੀ ਕਈ ਦਿਨਾਂ ਤੱਕ ਗੈਰ ਕਾਨੂੰਨੀ ਢੰਗ ਦੇ ਨਾਲ। ਅਤੇ ਇਹ ਜਿਹੜਾ ਏ ਸੀ ਐੱਲ ਯੂ ਨੇ ਇਹ ਲਾਸੂਟ ਜਿਹੜਾ ਉਹ ਫਾਈਲ ਕੀਤਾ ਇਸ ਬੰਦੇ ਦੇ ਬਿਹਾਫ ਦੇ ਉੱਤੇ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਗੱਲਾਂ ਆ ਉਹ ਸਾਹਮਣੇ ਆਈਆਂ ਆ। ਸੋ ਤੁਸੀਂ ਦੇਖ ਲਓ ਵੀ ਅਮਰੀਕਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਆ ਉਹ ਕਿਤੇ ਕਿਤੇ ਇੱਦਾਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਆ ਵੀ ਰੇਸ਼ੀਅਲ ਪ੍ਰੋਫਾਈਲਿੰਗ ਜਿਹੜੀ ਆ ਉਹ ਸ਼ਰੇਆਮ ਇਸ ਦੇ ਵਿੱਚ ਜਿਹੜੀ ਉਹ ਨਜ਼ਰ ਆਉਂਦੀ ਆ ਵੀ ਕਿਉਂਕਿ ਉਸਦਾ ਨਾਮ ਤਾਂ ਅਸੀਂ ਦੇਖ ਹੋਰ ਤਰ੍ਹਾਂ ਦੀ ਸੀਗੀ ਇਸ ਲਈ ਉਸਨੂੰ ਬਗੈਰ ਕੋਈ ਦਸਤਾਵੇਜ਼ ਚੈੱਕ ਕੀਤੇ ਹੋਏ ਹੀ ਉਸ ਨੂੰ ਗ੍ਰਿਫਤਾਰ ਕਰਕੇ ਰੱਖ ਲਿਆ। ਇੱਕ ਵਾਰੀ ਉੱਦਾਂ ਭਾਵੇਂ ਨੂੰ ਡੀ ਯੂ ਆਈ ਜਿਹੜੀ ਉਹ ਜ਼ਰੂਰ ਮਿਲੀ ਸੀਗੀ ਅਤੇ ਪਰ ਇਹ ਇਸ ਦੇ ਪਿੱਛੇ ਜਿਹੜਾ ਰੱਖਣ ਦਾ ਕਾਰਨ ਆ ਉਹ ਆਈਸ ਵਾਲਾ ਜਿਹੜਾ ਲੱਗਦਾ ਆ ਉਹ ਨਾਲ ਜੁੜਿਆ ਹੋਇਆ ਸੀਗਾ। ਸੋ ਇਹ ਕਿਉਂਕਿ ਕਹਿੰਦੇ ਵੀ ਉਹਨਾਂ ਨੂੰ ਸ਼ੱਕ ਸੀਗਾ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇਲੀਗਲੀ ਜਿਹੜਾ ਉਹ ਆਇਆ ਹੋਇਆ ਆ। ਸੋ ਇਹ ਕੁਛ ਜਿਹੜਾ ਇੱਥੇ ਹੋ ਰਿਹਾ ਆ। ਸੋ ਭਾਈ ਆਪੋ ਆਪਣੇ ਜਿਹੜੇ ਡਾਕੂਮੈਂਟਾਂ ਨਾਲ ਰੱਖਿਆ ਕਰੋ, ਕੋਈ ਪਤਾ ਨਹੀਂ ਇਹਨਾਂ ਨੇ ਤੁਹਾਡੇ ਵੱਲ ਦੇਖ ਕੇ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਅੰਦਰ ਕਰਨ ਬਾਰੇ ਨਾ ਉਹ ਸੋਚ ਲੈਣ। ਜੀ ਅਗਲੀ ਖਬਰ ਜਿਹੜੀ ਓਹਾਇਓ ਦੇ ਵਿੱਚੋਂ ਆ ਰਹੀ ਆ, ਓਹਾਇਓ ਦੇ ਵਿੱਚ ਕਹਿੰਦੇ ਵੀ ਦੋ ਬੱਚੇ ਅਤੇ ਦੀ ਮੌਤ ਹੋ ਗਈ ਅਤੇ 10 ਜਣੇ ਬੁਰੀ ਤਰ੍ਹਾਂ ਜਿਹੜੇ ਫੱਟੜ ਹੋ ਗਏ। ਉੱਥੇ ਇੱਕ ਸਟੈਬਿੰਗ ਹੋਈ ਸੀ, ਜਦੋਂ ਪੁਲਿਸ ਵਾਲੇ ਉੱਥੇ ਰਿਸਪੋਂਡ ਕਰਨ ਗਏ ਪਹੁੰਚੇ ਅਤੇ ਉਸ ਤੋਂ ਬਾਅਦ ਇੱਕ ਜਿਹੜੀ ਚੋਰੀ ਕਾਰ ਕੀਤੀ ਸੀ ਉਹ ਇੰਨੀ ਹਾਈ ਸਪੀਡ 'ਤੇ ਗਏ ਉਹਨਾਂ ਨੇ ਜਿਹੜੇ ਕਾਫੀ ਲੋਕ ਆ ਜਿਹੜੇ ਉਹਨਾਂ ਨੂੰ ਫੱਟੜ ਕਰ ਦਿੱਤਾ ਅਤੇ ਦੋ ਜਣਿਆਂ ਨੂੰ ਜਿਹੜਾ ਮਾਰ ਦਿੱਤਾ ਅਤੇ ਜਿਹੜੀ ਕਾਰ ਵੀ ਚੋਰੀ ਕੀਤੀ ਹੋਈ ਸੀ ਉਹ ਪੁਲਿਸ ਦੀ ਸੀ, ਪੁਲਿਸ ਦਾ ਐੱਸ ਯੂ ਵੀ ਜਿਹੜਾ ਆ ਉਹ ਚੋਰੀ ਕੀਤਾ ਹੋਇਆ ਸੀ। ਇਹ ਜਿਹੜੀ ਖਬਰ ਹੈਗੀ ਆ ਇਹ ਓਹਾਇਓ ਤੋਂ ਆ ਰਹੀ ਹੈਗੀ ਆ। ਜੀ ਅਤੇ ਹਰਜੋਤ ਸਿੰਘ ਜੀ ਤੁਸੀਂ ਹੁਣ ਆਪਾਂ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਕੁਛ ਦੱਸ ਰਹੇ ਸੀਗੇ ਵੀ ਕੌਣ ਅੱਗੇ ਪਿੱਛੇ ਚੱਲ ਰਿਹਾ, ਨਵੇਂ ਆਏ ਇੱਕ ਜਿਹੜੇ ਪੋਲਸ ਆ ਉਸ ਦੇ ਵਿੱਚ ਇਸ ਟਾਈਮ ਜਿਹੜੇ ਫਰੰਟ ਰਨਰ ਆ ਉਹ ਬਰਨੀ ਸੈਂਡਰਸ ਬਣਦੇ ਨਜ਼ਰ ਆ ਰਹੇ ਆ। ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਆਪਣੇ 6.10 ਦੇ ਵਿੱਚ ਜਿਹੜਾ ਇਜਾਫਾ ਕੀਤਾ ਆ 20% ਦੇ ਉੱਤੇ। ਬਰਨੀ ਸੈਂਡਰਸ ਅਤੇ ਐਲਿਜ਼ਾਬੈਥ ਵਾਰਨ ਦੋਨੋਂ ਹੀ ਜਿਹੜੇ ਆ ਪ੍ਰੋਗਰੈਸਿਵ ਡੈਮੋਕ੍ਰੇਟਸ ਜਿਨ੍ਹਾਂ ਨੂੰ ਆਖਿਆ ਜਾਂਦਾ ਆ ਉਹ ਅੱਗੇ ਚੱਲ ਰਹੇ ਆ ਅਤੇ ਜੋ ਬਾਇਡਨ ਹੌਲੀ ਹੌਲੀ ਜਿਹੜਾ ਉਹ ਥੱਲੇ ਨੂੰ ਗਿਆ ਆ, ਉਹਨੇ ਇਸ ਪੋਲ ਦੇ ਵਿੱਚ 13 ਪਿਛਲੀ ਵਾਰ ਦੇ ਨਾਲੋਂ ਜਿਹੜੇ ਆ ਉਹ ਲੂਜ਼ ਕੀਤੇ ਨੇ। ਸੋ ਜੇ ਦੇਖਿਆ ਜਾਵੇ ਤਾਂ ਇਹ 3 ਜਣੇ ਹੀ ਮੇਨ ਜਿਹੜੇ ਉੱਭਰ ਕੇ ਆ ਰਹੇ ਨੇ, ਬਰਨੀ ਸੈਂਡਰਸ, ਐਲਿਜ਼ਾਬੈਥ ਵਾਰਨ ਅਤੇ ਜੋ ਬਾਇਡਨ। ਕਮਲਾ ਹੈਰਿਸ ਜਿਹੜੀ ਆ ਉਹ 8% ਦੇ ਉੱਤੇ ਜਿਹੜੀ ਆ ਚੌਥੇ ਨੰਬਰ ਦੇ ਉੱਤੇ ਜਿਹੜੀ ਉਹ ਰਹਿ ਗਈ ਆ। ਬਾਕੀ ਸਾਰਿਆਂ ਦਾ ਇਸ ਚੀਜ਼ ਦੇ ਵਿੱਚ ਜਿਹੜਾ ਅੱਗੇ ਆਉਣਾ ਲੱਗਦਾ ਹੌਲੀ ਹੌਲੀ ਉਹ ਜਿਹੜਾ ਥੱਲੇ ਨੂੰ ਜਾਈ ਜਾਂਦੇ ਨੇ, ਨਾਮੁਮਕਿਨ ਜਿਹਾ ਜਿਹੜਾ ਉਹ ਲੱਗਦਾ ਜਾ ਰਿਹਾ ਆ। ਪਰ ਯੂ ਨੈਵਰ ਨੋ, ਪਿਛਲੀ ਵਾਰੀ ਵੀ ਆਪਾਂ ਦੇਖਿਆ ਸੀ ਜਦੋਂ ਰਾਸ਼ਟਰਪਤੀ ਟਰੰਪ ਜਿਹੜੇ ਹੁਣ ਮੌਜੂਦਾ ਰਾਸ਼ਟਰਪਤੀ ਨੇ ਜਦੋਂ ਉਹ ਆਪਣੀ ਕੈਂਪੇਨ ਕਰ ਰਹੇ ਸੀ ਉਹ ਇੱਕ ਟਾਈਮ ਦੇ ਉੱਤੇ ਥੱਲੇ ਸੀਗੇ ਪਰ ਆਪਣੇ ਡਿਬੇਟਸ ਦੇ ਵਿੱਚ ਦੂਜਿਆਂ ਦੇ ਉੱਤੇ ਵਾਰ ਕਰ ਕਰਕੇ ਉਹ ਹੌਲੀ ਹੌਲੀ ਜਿਹੜੇ ਅੱਗੇ ਆ ਉਹ ਆ ਗਏ ਸੀ। ਸੋ ਦੇਖਦੇ ਹਾਂ ਇਸ ਵਾਰ ਇੱਥੇ ਕੀ ਬਣਦਾ ਹੈ। ਅਤੇ ਹਰਜੋਤ ਸਿੰਘ ਜੀ ਇੱਥੇ ਆਪਾਂ ਹੁਣ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ। ਜੀ ਗੋਲਡਨ
ਈਗਲ ਬੜੇ ਮਾਣ ਨਾਲ ਪੇਸ਼ ਕਰਦੇ ਨੇ ਇੰਡੀਆ ਤੋਂ ਪੰਜਾਬੀਆਂ ਦਾ ਮਾਣ ਤੇ ਪੰਜਾਬੀਅਤ ਦੀ ਸ਼ਾਨ ਦਿਲਜੀਤ ਦੋਸਾਂਝ। ਹਾਈ ਗਾਇਸ, ਦਿਸ ਇਜ਼ ਦਿਲਜੀਤ ਦੋਸਾਂਝ ਤੇ ਮੈਂ ਆ ਰਿਹਾ 7 ਸਪਤੰਬਰ ਨੂੰ ਓਰਕਲ ਅਰੀਨਾ ਕੈਲੀਫੋਰਨੀਆ ਆਕਲੈਂਡ, ਜਿੰਨੇ ਵੀ ਕੈਲੀਫੋਰਨੀਆ ਵਾਲੇ ਆ ਤੁਸੀਂ ਆ ਜਾਓ, ਸਾਰੀ ਰਾਤ ਦੇ ਭੰਗੜੇ ਪੈਣੇ ਆ। ਮੋਰ ਜਿਹੜੀ ਇਨਫੋ ਦੇ ਲਈ ਤੁਸੀਂ ticketmaster.com ਤੇ ਜਾ ਸਕਦੇ ਆ, ਟਿਕਟਾਂ ਵੀ ਉਹਦੇ ਤੇ ਆ, ਬਾਕੀ ਇਨਫੋਰਮੇਸ਼ਨ ਵੀ ਉਹਦੇ ਤੇ ਆ। ਸਾਰੀ ਰਾਤ ਭੰਗੜੇ ਪੈਣੇ ਆ, ਨਾ ਕਿਤੇ ਰੁਕਣ ਵਾਲਾ ਆਪਾਂ ਨੂੰ, ਤੇ ਬਹੁਤ ਬਹੁਤ ਪਿਆਰ ਆਪਣੇ 40 ਪਰਫਾਰਮਰਸ ਦੇ ਨਾਲ, ਜਿੱਥੇ ਹੋਵੇਗਾ ਸਭ ਤੋਂ ਵੱਡਾ ਸਟੇਜ ਸੈਟਅਪ ਤੇ ਪ੍ਰੋਡਕਸ਼ਨ। ਸੈਕਰਾਮੈਂਟੋ ਵਿੱਚ ਟਿਕਟਸ ਛੀਨਾ ਜੁਐਲਰਸ ਤੋਂ ਖਰੀਦ ਸਕਦੇ ਹੋ, ਜਾਂ ਵਿਜ਼ਿਟ ਕਰੋ sulekha.com/diljeet, ਜਾਂ ਕਾਲ ਕਰੋ 408-418-8657। ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮੌਰਗੇਜ ਇੰਟਰਸਟ ਰੇਟ ਸਭ ਤੋਂ ਘੱਟ ਰੇਟ ਦੇ ਉੱਤੇ ਹਨ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ, ਤਾਂ ਰੀਫਾਈਨੈਂਸ ਰੇਟ ਤੇ APR 30 ਸਾਲ ਦੇ ਲਈ 3.5% ਹੈ, 9.9 ਕਾਸਟ ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਵੈਸੇ ਵੀ ਮੌਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ, ਜਾਂ ਕਾਲ ਕਰੋ 916-999-5000, 916-999-5000, loanfactory.com, 916-999-5000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID ਸੈਕਰਾਮੈਂਟੋ 1470 AM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408-272-5200। ਵਿਹਾਣੀਆਂ ਕੋਕਾ ਕੜਵਾ ਦੇ ਮਹਿਆ ਕੋਕਾ। ਮੈਂ ਕਿਹਾ ਸੁਣਦੇ ਨੀ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨੀ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦੋ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ ਚ ਟੌਰ ਬਣ ਜਾਊਗੀ। ਬੱਗਾ ਜੁਐਲਰ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 916-912-8842, 916-912-8842, ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾ ਟਾਊਨ ਸੁਪਰ ਮਾਰਕੀਟ ਸੈਕਰਾਮੈਂਟੋ, ਫੋਨ ਨੰਬਰ 916-912-8842, 916-912-8842, ਬੱਗਾ ਜੁਐਲਰਸ ਸੈਕਰਾਮੈਂਟੋ। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ, ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50-70% ਘੱਟ ਕੀਮਤਾਂ ਤੇ। ਤੇ ਹਾਂ, ਯੂਬਾ ਸਿਟੀ ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰੌ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾਂ 530-415-5959 ਤੇ, ਯਾਨੀ 530-415-5959 ਤੇ, ਜਾਂ ਫਿਰ 530-376-63 ਤੇ ਵੀ ਕਾਲ ਕਰ ਸਕਦੇ ਹੋ, ਯਾਨੀ 530-300-7663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਦੀ ਜੀ ਆਇਆਂ ਨੂੰ ਸਵਾਗਤ ਹੈ ਅਪਡੇਟ ਅਮਰੀਕਾ ਜੀ, ਇੱਕ ਵਾਰੀ ਫਿਰ ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਕੁਛ ਖਬਰਾਂ ਉਸਦੇ ਉੱਤੇ ਆਪਾਂ ਜੇ ਨਜ਼ਰ ਮਾਰੀਏ ਤਾਂ ਆਪਣੀ ਕਮਿਊਨਿਟੀ ਦੇ ਨਾਲ ਜੁੜੀਆਂ ਹੋਈਆਂ ਕੁਛ ਖਬਰਾਂ ਜਿਹੜੀਆਂ ਆਪਾਂ ਸਾਂਝੀਆਂ ਕਰਦੇ ਜਾਈਏ, ਮੰਦਭਾਗੀ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ। ਜੇ ਆਪਾਂ ਪਹਿਲੀ ਇੱਕ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਹਰਜੋਤ ਸਿੰਘ ਜੀ, ਟਰੇਸੀ ਤੋਂ ਆ ਰਹੀ ਆ, ਜਿੱਥੇ ਕਿ ਇੱਕ 64 ਸਾਲਾ ਬਜ਼ੁਰਗ ਜਿਨ੍ਹਾਂ ਦਾ ਨਾਮ ਪ੍ਰੀਤਮ ਸਿੰਘ ਦੱਸਿਆ ਜਾਂਦਾ ਆ, ਉਹਨਾਂ ਦਾ ਜਿਹੜਾ ਕਹਿੰਦੇ ਐਤਵਾਰ ਰਾਤੀ ਤਕਰੀਬਨ 9 ਵਜੇ ਉਹਨਾਂ ਨੂੰ ਕਿਸੇ ਨੇ ਜਿਹੜਾ ਚਾਕੂ ਮਾਰ ਕੇ ਜਿਹੜਾ ਉੱਥੇ ਮਾਰ ਦਿੱਤਾ ਸੀਗਾ। ਸੋ ਉਸਨਾਂ ਦਾ ਜਿਹੜਾ ਕਤਲ ਆ ਉਹ ਕਰ ਦਿੱਤਾ ਗਿਆ। ਕਹਿੰਦੇ ਉੱਥੇ ਦੇ
ਜਿਹੜੇ ਇੱਕ ਟ੍ਰੇਲਰ ਪਾਰਕ ਦੇ ਨਜ਼ਦੀਕ ਉਹ ਸੈਰ ਕਰ ਰਹੇ ਸੀਗੇ ਹਰ ਰੋਜ਼ ਦੀ ਤਰ੍ਹਾਂ, ਅਤੇ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਉੱਥੇ ਉਹਨਾਂ ਦੀ ਲਾਸ਼ ਜਿਹੜੀ ਆ ਬਾਅਦ ਦੇ ਵਿੱਚ ਬਰਾਮਦ ਹੋਈ ਆ। CCTV ਦੇ ਕੈਮਰੇ ਦੇ ਵਿੱਚ ਇਹ ਪਤਾ ਲੱਗਾ ਵੀ ਇੱਕ ਗੋਰੇ ਮੂਲ ਦਾ ਬੰਦਾ ਉੱਥੋਂ ਚਾਕੂ ਮਾਰ ਕੇ ਸ਼ਾਇਦ ਉਹਨਾਂ ਦੇ ਵੱਲੋਂ ਬਾਅਦ ਦੇ ਵੱਲ ਨੂੰ ਪਰੇ ਨੂੰ ਭੱਜਦਾ ਹੋਇਆ ਨਜ਼ਰ ਜਿਹੜਾ ਆ ਉਹ ਆ ਰਿਹਾ ਆ, ਅਤੇ ਪੁਲਿਸ ਇਸ ਦੀ ਕਹਿੰਦੇ ਕਾਫੀ ਜਾਂਚ ਜਿਹੜੀ ਕਰ ਰਹੀ ਆ, ਅਤੇ ਇਸ ਨੂੰ ਇੱਕ ਹੇਟ ਕ੍ਰਾਈਮ ਦੇ ਵਜੋਂ ਆਪਣੀ ਕਮਿਊਨਿਟੀ ਦੇ ਵਿੱਚ ਇਹ ਜਿਹੜੀ ਚਰਚਾ ਆ ਇਸ ਨੂੰ ਐਜ਼ ਏ ਹੇਟ ਕ੍ਰਾਈਮ ਦੇ ਵਜੋਂ ਜਿਹੜੀ ਉਹ ਦੇਖੀ ਜਾ ਰਹੀ ਆ। ਸੋ ਪੁਲਿਸ ਨੂੰ ਵੀ ਉਹੀ ਜਿਹੜੀ ਗੁਜ਼ਾਰਿਸ਼ ਕਰ ਰਿਹਾ ਵੀ ਇਸ ਪੂਰੇ ਕਤਲ ਨੂੰ ਜਿਹੜਾ ਹੇਟ ਕ੍ਰਾਈਮ ਦੇ ਵਜੋਂ ਜਿਹੜਾ ਉਹ ਦੇਖ ਕੇ ਜਾਂਚ ਕੀਤੀ ਜਾਵੇ। ਜੀ ਬਿਲਕੁਲ, ਗ੍ਰੈਚਿਅਨ ਟੈਲੀ ਪਾਰਕ ਜਿਹੜਾ ਆ ਉੱਥੇ ਟ੍ਰੇਸੀ ਦੇ ਵਿੱਚ ਹੈਗਾ ਆ। 9 ਵਜੇ ਦੇ ਕਰੀਬ ਬਜ਼ੁਰਗ ਜਿਹੜੇ ਆ ਸ਼ਾਮ ਨੂੰ ਸੈਰ ਕਰ ਰਹੇ ਸੀ ਜਦੋਂ ਜਿਹੜਾ ਆ ਉਹਨਾਂ ਨੂੰ ਜਿਹੜਾ ਚਾਕੂ ਮਾਰ ਕੇ ਜਿਹੜਾ ਉੱਥੇ ਸਿੱਟ ਦਿੱਤਾ ਗਿਆ। ਪਰ ਥੋੜ੍ਹੇ ਸਮੇਂ ਬਾਅਦ ਜਦੋਂ ਕਿਤੇ ਪਤਾ ਲੱਗਿਆ ਪੁਲਿਸ ਆਈ ਅਤੇ ਉਹ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਸੀ, ਉਹ ਇਕੱਲੇ ਸੈਰ ਕਰਦੇ ਸੀ। ਸੋ ਬਹੁਤ ਮਾੜੀ ਗੱਲ ਹੋਈ ਆ, ਇਹਦੇ ਵਿੱਚ ਲੱਗਦਾ ਹੈ ਵੀ ਟੋਟਲੀ ਹੇਟ ਕ੍ਰਾਈਮ ਆ, ਕਿਉਂਕਿ ਇੱਕ ਚਿੱਟੇ ਮੂਲ ਦਾ ਬੰਦਾ ਜਿਹੜਾ ਵਾਈਟ ਮੈਨ ਆ ਉਹਨੂੰ ਕੈਮਰੇ ਦੇ ਵਿੱਚ ਉੱਥੋਂ ਭੱਜਦਾ ਦੇਖਿਆ ਗਿਆ ਆ। ਹਜੇ ਉਹ ਅੱਗੇ ਨਹੀਂ ਆਇਆ, ਪੁਲਿਸ ਨੇ ਕਿਹਾ ਉਹਨੂੰ ਅੱਗੇ ਆਵੇ। ਸਭ ਤੋਂ ਮਾੜੀ ਗੱਲ ਇਹ ਆ ਵੀ ਦੇਖੋ ਟ੍ਰੇਸੀ ਜਿਹੜਾ ਹੈਗਾ ਆ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਆ, 2 ਗੁਰੂ ਘਰ ਜਿਹੜੇ ਹੈਗੇ ਆ ਕਾਫੀ ਵੱਡੇ ਆ। ਅਤੇ ਜਦੋਂ ਇਸ ਬਜ਼ੁਰਗ ਦੀ ਨਿਊਜ਼ ਆਈ ਉਹਨਾਂ ਨੂੰ ਜਿਹੜਾ ਉਹਨਾਂ ਦੀ ਬੋਡੀ ਪਾਈ ਗਈ ਉੱਥੇ, ਉਹ ਤੋਂ ਬਾਅਦ ਜਿਹੜੀ ਟ੍ਰੇਸੀ ਦੀ ਪੁਲਿਸ ਆ ਉਹਨਾਂ ਨੇ ਆਪਣੀ ਫੇਸਬੁੱਕ ਪੇਜ ਦੇ ਉੱਤੇ ਇਹ ਲਿਖਿਆ ਵੀ ਮਿਡਲ ਈਸਟਰਨ ਜਿਹੜਾ ਬੰਦਾ ਆ ਉਹਨੂੰ ਸਟੈਬ ਕੀਤਾ ਗਿਆ। ਦੇਖੋ ਸ਼ਰਿਆਂ ਪਤਾ ਵੀ ਸਰਦਾਰ ਆ, ਉਹਦੀ ਦਾੜ੍ਹੀ ਆ, ਉਹਦੇ ਪੱਗ ਬੰਨ੍ਹੀ ਹੋਈ ਆ। ਆਪਾਂ ਜਿਹੜੇ ਆ ਹਮੇਸ਼ਾ ਹੀ ਰੌਲਾ ਪਾਉਂਦੇ ਰਹਿੰਦੇ ਹਾਂ, ਇੰਡੀਆ ਚਾਹ, ਇੰਡੀਆ ਚਾਹ, ਇੰਡੀਆ ਚਾਹ, ਜਿੱਥੇ ਰਹਿੰਦੇ ਹਾਂ ਆਪਾਂ ਪਾਰਟੀਸਪੇਟ ਨਹੀਂ ਕਰਦੇ। ਹਾਲਾਂਕਿ ਪਿੱਛੇ ਜਿਹੇ ਉੱਥੇ ਇਲੈਕਸ਼ਨ ਵੀ ਹੋਈਆਂ ਸੀ, ਮੇਰੇ ਖਿਆਲ ਨਾਲ 1-2 ਆਪਣੇ ਕੈਂਡੀਡੇਟ ਵੀ ਸੀ, ਫਿਰ ਵੀ ਆਪਾਂ ਛੋਟਾ ਜਿਹਾ ਟਾਊਨ ਆ ਟ੍ਰੇਸੀ ਜਿੱਥੇ 2 ਵੱਡੇ ਗੁਰੂ ਘਰ ਹੋਣ, ਉੱਥੇ ਦੀ ਕਮਿਊਨਿਟੀ ਨੂੰ ਤਾਂ ਛੱਡੋ, ਪੁਲਿਸ ਨੂੰ ਨਹੀਂ ਦੱਸ ਸਕੇ ਵੀ ਸਿੱਖ ਕੌਣ ਹੈਗੇ ਆ। ਸੋ ਇਹ ਬਹੁਤ ਮਾੜੀ ਗੱਲ ਆ। ਫਿਰ ਕਿਸੇ ਨੇ ਉਹਨਾਂ ਨੂੰ ਕਰੈਕਟ ਕੀਤਾ ਵੀ ਭਾਈ ਇਹ ਮਿਡਲ ਈਸਟਰਨ ਹੀ ਸਿੱਖ ਸੀਗਾ, ਅਤੇ ਹੁਣ ਵੀ ਉਹਨਾਂ ਨੇ ਸਿਰਫ $1,000 ਦਾ ਨਾਮ ਰੱਖਿਆ। ਮੇਰੇ ਖਿਆਲ ਨਾਲ ਘੱਟੋ ਘੱਟ ਨਹੀਂ ਤਾਂ ਉੱਥੇ 700-800 ਫੈਮਿਲੀ ਜਿਹੜੀ ਆ ਪੰਜਾਬੀਆਂ ਦੀ ਰਹਿੰਦੀ ਆ। ਕਿੰਨਾ ਤੁਸੀਂ ਲੱਖਾਂ ਦੇ ਹਿਸਾਬ ਨਾਲ ਜਿਹੜਾ ਟੈਕਸ ਦਿੰਦੇ ਹੈਗੇ ਆ। ਅਤੇ ਕੱਲ੍ਹ ਸ਼ਾਮੀ ਥੋੜ੍ਹੇ ਜਿਹੇ ਪੰਜਾਬੀਆਂ ਨੇ ਫਿਰ ਪੁਲਿਸ ਵਾਲਿਆਂ ਨਾਲ ਮੀਟਿੰਗ ਕੀਤੀ, ਵੱਡੀ ਗਿਣਤੀ ਦੇ ਵਿੱਚ ਪੰਜਾਬੀ ਉੱਥੇ 200-400-500 ਬੰਦਾ ਜਾਣਾ ਚਾਹੀਦਾ ਵੀ ਤੁਸੀਂ ਫੜੋ, ਕੈਮਰੇ ਲੱਗੇ ਹੋਏ ਆ ਪਾਰਕ ਦੇ ਵਿੱਚ, ਬਾਕੀਆਂ ਦੇ ਘਰ ਆ, ਕੱਲ੍ਹ ਨੂੰ ਤਾਂ ਫਿਰ ਕੋਈ ਘਰੋਂ ਬਾਹਰ ਹੀ ਨਹੀਂ ਨਿਕਲੂਗਾ। ਸੋ ਇਹ ਇੱਦਾਂ ਬੈਠਣਾ ਨਹੀਂ ਚਾਹੀਦਾ। ਆਪਾਂ ਦੇਖਦੇ ਹੋਰ ਕਮਿਊਨਿਟੀਆਂ ਕਿੱਦਾਂ ਇੱਥੇ ਪ੍ਰੋਟੈਸਟ ਕਰਦੀਆਂ ਹੈਗੀਆਂ, ਕਿੱਦਾਂ ਆਪਣੇ ਹੱਕ ਮੰਗਦੀਆਂ, ਪਰ ਇਹ ਤੁਹਾਨੂੰ ਕਰਨਾ ਹੀ ਪੈਣਾ ਆ, ਨਹੀਂ ਤਾਂ ਫਿਰ ਘਰਾਂ ਦੇ ਵਿੱਚ ਤੁਸੀਂ ਵੜ ਕੇ ਬਹਿ ਜੂਗੇ। ਇਹ ਤੋਂ ਇੱਕ ਰਾਜਕਨਵੀਰ ਸਿੰਘ ਜੀ ਲੈਸਨ ਇਹ ਵੀ ਲੈਣਾ ਜ਼ਰੂਰੀ ਆ ਵੀ ਬਹੁਤ ਵਾਰ ਆਪਣੇ ਜਿਹੜੇ ਬਜ਼ੁਰਗ ਆ ਉਹ ਇਕੱਲੇ ਤੁਰਦੇ ਰਹਿੰਦੇ ਆ। ਸੋ ਟਰਾਈ ਕਰੋ 2-2 ਜਾਣੇ ਜਾਂ 3-3 ਜਾਣੇ ਹੋਣ, ਕਿਉਂਕਿ ਅੱਜ ਕੱਲ੍ਹ ਜਿਹੜਾ USA ਦੇ ਵਿੱਚ ਮਾਹੌਲ ਆ ਉਹ ਬਹੁਤ ਜਿਹੜਾ ਖਰਾਬ ਬਣਿਆ ਹੋਇਆ ਆ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਹੋਰ ਹੇਟ ਬੜੀ ਵੱਧ ਰਹੀ ਹੈਗੀ ਆ। ਸੋ ਬਹੁਤ ਹੀ ਜਿਹੜਾ ਕੇਅਰਫੁੱਲ ਹੋਣਾ ਚਾਹੀਦਾ ਹੈਗਾ ਆ, ਆਪਣੇ ਗਰੁੱਪ ਦੇ ਵਿੱਚ ਜਾਣਾ ਚਾਹੀਦਾ ਜੇ ਸੈਰ ਕਰਨ ਜਾਂਦੇ ਹਾਂ, ਅਤੇ ਟਰਾਈ ਕਰੋ ਥੋੜ੍ਹਾ ਦਿਨ ਦੇ ਟਾਈਮ ਹੀ ਜਾਓ। ਇੱਦਾਂ ਨਾ ਹੋਵੇ ਪਈ ਜਿਸ ਤਰ੍ਹਾਂ ਬਜ਼ੁਰਗ 9 ਵਜੇ ਤੁਰਿਓ ਸੀ, ਤੁਰਿਓ ਤਾਂ ਬੇਸ਼ੱਕ ਦੀ ਆਪਣੇ ਘਰ ਦੇ ਲਾਗੇ ਦੇ ਪਾਰਕ ਦੇ ਵਿੱਚ ਸੀ, ਪਰ ਕਿਸੇ ਨੇ ਜਿਹੜਾ ਇਹ ਤੱਕਿਆ ਆ ਵੀ ਮੈਂ ਇੱਦਾਂ ਦੀ ਸ਼ਰਾਰਤ ਕਰਨੀ ਹੈਗੀ ਆ, ਸੋ ਉਸਨੇ ਤਾਂ ਇਹ ਕਰਨਾ ਹੀ ਸੀ। ਸੋ ਬਜ਼ੁਰਗ ਬਾਬੇ ਦੱਸਦੇ ਜਾਈਏ, ਕਹਿੰਦੇ ਵੀ ਬਹੁਤ ਹੀ ਨਿੱਘੇ ਸੁਭਾਅ ਦੇ, ਬਹੁਤ ਹੀ ਵਧੀਆ ਜਿਹੜੇ ਬਜ਼ੁਰਗ ਸੀਗੇ, 65 ਸਾਲਾਂ ਦੇ, ਹਰ ਇੱਕ ਦੇ ਨਾਲ ਪਿਆਰ ਨਾਲ ਬੋਲਦੇ ਸੀ, ਪ੍ਰੀਤਮ ਸਿੰਘ ਹੋਣੀ। ਸੋ ਉਹਨਾਂ ਦੀ ਜਿਹੜਾ ਉਹਨਾਂ ਦਾ ਸ਼ਰੇਆਮ ਧੱਕਾ ਕੀਤਾ ਗਿਆ, ਸ਼ਰੇਆਮ ਚਾਕੂ ਮਾਰ ਕੇ ਟ੍ਰੇਸੀ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ। ਸਰੋਤਿਆਂ ਨੂੰ ਦੱਸਦੀ ਜਾਈਏ, ਟ੍ਰੇਸੀ ਜਿਹੜਾ ਹੈਗਾ ਸਟੋਕਟਨ ਤੋਂ ਉਰੇ ਹੈਗਾ, ਇੱਧਰ ਬੇ ਏਰੀਏ ਤੋਂ ਜਾਓ ਤਾਂ ਰਸਤੇ 'ਚ ਇਹ ਟਾਊਨ ਪੈਂਦਾ ਹੈਗਾ ਪਹਾੜੀਆਂ ਤੋਂ ਅੱਗੇ ਜੀ, ਮੋੜ ਤੋਂ ਅੱਗੇ ਜੀ। ਟ੍ਰੇਸੀ ਦੇ ਵਿੱਚ ਕਹਿੰਦੇ ਜਦੋਂ ਕਿਸੇ ਨੇ ਪਹਿਲੀ ਫਸਟ ਰਿਪੋਰਟ ਕੀਤੀ ਸੀ ਕਾਲ ਦੀ, ਉਸ ਬੰਦੇ ਨੂੰ ਪਤਾ ਨਹੀਂ ਸੀਗਾ, ਅਤੇ ਉਹਨੇ ਐਜ਼ ਏ ਮਿਡਲ ਈਸਟਰਨ ਮੈਨ ਇਹਨਾਂ ਨੂੰ ਦੱਸਿਆ, ਅਤੇ ਪੁਲਿਸ ਨੇ ਐਜ਼ ਇਟ ਇਜ਼ ਉੱਦਾਂ ਹੀ ਜਿਹੜਾ ਉਹਨਾਂ ਨੇ ਉਹ ਲਿਖ ਦਿੱਤਾ ਉੱਥੇ। ਅਤੇ ਬਾਅਦ ਦੇ ਵਿੱਚ ਕਹਿੰਦੇ ਜਦੋਂ ਜਿੱਦਾਂ ਤੁਸੀਂ ਦੱਸਿਆ ਵੀ ਕਈ ਆਪਣੀ ਕਮਿਊਨਿਟੀ ਦੇ ਬੰਦੇ ਉਹਨਾਂ ਨੂੰ ਮਿਲੇ, ਅਤੇ ਫਿਰ ਜਿਹੜੇ ਪੁਲਿਸ ਵਾਲਿਆਂ ਨੇ ਉਸ ਚੀਜ਼ ਦੇ ਲਈ ਜਿਹੜੀ ਉਹ ਮਾਫ਼ੀ ਮੰਗੀ। ਪਰ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ ਇਹ ਚੀਜ਼ ਦਾ ਇੰਨਾ ਡਰ ਹੋਵੇ ਵੀ ਤੁਹਾਨੂੰ ਰੇਸ਼ਲੀ ਦੇਖ ਕੇ ਵੀ ਤੁਹਾਡੇ ਨਾਲ ਹੇਟ ਕ੍ਰਾਈਮ ਹੋ ਸਕਦਾ, ਤੁਹਾਨੂੰ ਜਿਹੜਾ ਮਾਰ ਕੱਟਿਆ ਜਾ ਸਕਦਾ ਆ, ਇਹ ਅਮਰੀਕਾ ਤੋਂ ਸਾਨੂੰ ਉਮੀਦ ਨਹੀਂ ਸੀਗੀ। ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਅਜਿਹੀਆਂ ਚੀਜ਼ਾਂ ਤੋਂ, ਕਿਉਂਕਿ ਮਾਈਨੋਰਟੀ ਪਰਸੀਕਿਊਸ਼ਨ ਦੇ ਜਿਹੜੇ ਸ਼ਿਕਾਰ ਹੁੰਦੇ ਹੋਏ ਉੱਥੋਂ ਆਏ ਨੇ, ਸਿੱਖ ਹੋਣ ਦੇ ਕਰਕੇ ਜਿੱਥੋਂ ਜਿਹੜੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀਗਾ ਉੱਥੋਂ ਬਚਦੇ ਹੋਏ ਇੱਧਰ ਆਏ ਨੇ, ਅਤੇ ਜੇ ਉੱਥੇ ਵੀ ਇੱਥੇ ਆ ਕੇ ਵੀ ਫਿਰ ਇਹੀ ਕੁਛ ਹੋਣਾ ਤਾਂ ਫਿਰ ਕੀ ਹੋਊਗਾ।
ਦੋ ਤਿੰਨ ਦੇ ਟੋਲੇ ਬਣਾ ਕੇ ਚੱਲਣ ਦਾ ਗੱਲ ਨਹੀਂ ਹੈ, ਗੱਲ ਇਹ ਆ ਵੀ ਜਿਹੜੀ ਸਿਟੀ ਆ, ਜਿਹੜੀ ਸਰਕਾਰ ਆ, ਉੱਥੇ ਕੀ ਸੇਫਟੀ ਮੁਹੱਈਆ ਜਿਹੜੀ ਉਹ ਕਰਾ ਰਹੀ ਆ। ਅਜਿਹੇ ਲੋਕ ਜਿਹੜੇ ਨਸਲੀ ਹਿੰਸਾ ਜਿਹੜੀ ਉਹ ਕਰਦੇ ਆ, ਉਹ ਇੱਥੇ ਕਿੱਦਾਂ ਪਨਪਨ ਰਹੇ ਆ। ਇਸ ਦਾ ਸਭ ਤੋਂ ਵੱਡਾ ਜਿਹੜਾ ਉਦਾਹਰਨ ਤਾਂ ਆਪਣੇ ਸਾਹਮਣੇ ਹੀ ਆ ਵੀ ਆਪਣੇ ਇਸ ਟਾਈਮ ਜਿਹੜੇ ਸਿਰਮੌਰ ਬੈਠੇ ਹੋਏ ਨੇ ਜਿਹੜੇ ਰਾਸ਼ਟਰਪਤੀ, ਉਹ ਜਦੋਂ ਇਮੀਗ੍ਰੈਂਟਸ ਦੇ ਖਿਲਾਫ ਇੱਦਾਂ ਦੇ ਬੇਹੁਦਾ ਬਿਆਨ ਅਤੇ ਉਹਨਾਂ ਦੇ ਪ੍ਰਤੀ ਨਫ਼ਰਤ ਭਰੇ ਬਿਆਨ ਜਿਹੜੇ ਉਹ ਜਿਹੜੇ ਵਕਦੇ ਨੇ, ਅਤੇ ਉਹਦੇ ਕਰਕੇ ਅਜਿਹੇ ਜਿਨ੍ਹਾਂ ਦੇ ਵਿੱਚ ਆਲਰੇਡੀ ਨਸਲੀ ਜਿਹੜੀ ਭਾਵਨਾ ਹੁੰਦੀ ਆ ਉਹਨਾਂ ਦੇ ਅੰਦਰ ਹਿੰਸਕ ਜਿਹੜਾ ਰੂਪ ਤਿਆਰ ਕਰਦੀ ਆ, ਅਤੇ ਫਿਰ ਇੱਦਾਂ ਦੀ ਗੱਲ ਵੱਲ ਨੂੰ ਵੀ ਵੱਧ ਸਕਦੀ ਆ। ਸੋ ਇਹ ਲੀਡਰਸ਼ਿਪ ਤੋਂ ਗਾਂਹ ਤੁਰ ਕੇ ਜਿਹੜਾ ਥੱਲੇ ਤੱਕ ਜਿਹੜੀ ਆ ਟ੍ਰਿਕਲ ਡਾਊਨ ਜਿਹੜੀ ਉਹ ਹੁੰਦੀ ਆ, ਅਤੇ ਐਜ਼ ਏ ਕਮਿਊਨਿਟੀ ਜਿਹੜੇ ਟਰੇਸੀ ਦੇ ਵਿੱਚ ਲੋਕ ਰਹਿੰਦੇ ਆ, ਉਹਨਾਂ ਨੂੰ ਪੁਲਿਸ ਦੇ ਉੱਤੇ ਦਬਾਅ ਹੋਰ ਜ਼ਿਆਦਾ ਜਿਹੜਾ ਉਹ ਪਾਉਣਾ ਚਾਹੀਦਾ ਆ, ਪ੍ਰੈਸ਼ਰ ਉਹਨਾਂ ਨੂੰ ਪਾਉਣਾ ਚਾਹੀਦਾ ਆ ਵੀ ਇਕੱਲਾ ਟੈਕਸ ਹੀ ਨਹੀਂ ਦਿੰਦੇ, ਟੈਕਸ ਤਾਂ ਚਲੋ ਸਾਰੇ ਹੀ ਜਾਣੇ ਉੱਥੇ ਦਿੰਦੇ ਆ, ਵੀ ਸੇਫਟੀ ਦਾ ਕੰਮ ਆ ਤੁਹਾਡਾ, ਤੁਹਾਨੂੰ ਜਿਹੜੀਆਂ ਤਨਖਾਹਾਂ ਆ, ਤੁਹਾਨੂੰ ਜਿਹੜਾ ਆ ਉਹ ਕਮਿਊਨਿਟੀ ਨੂੰ ਸੇਫ ਰੱਖਣ ਦੇ ਲਈ ਜਿਹੜਾ ਆਖਿਆ ਜਾਂਦਾ ਆ। ਅਤੇ ਜਿੱਦਾਂ ਤੁਸੀਂ ਕਿਹਾ ਵੀ ਬਾਅਦ ਦੇ ਵਿੱਚ ਕੀ ਡਰਦੇ ਕਿ ਬਜ਼ੁਰਗ ਘਰੋਂ ਬਾਹਰ ਨਹੀਂ ਨਿਕਲਣਗੇ, ਆਪਾਂ ਦੇਖਿਆ ਵੀ ਮੰਟੀਕੇ ਦੇ ਵਿੱਚ ਵੀ ਉਦੋਂ ਬਜ਼ੁਰਗ ਦੇ ਨਾਲ ਕਿੱਦਾਂ ਉਹਨੂੰ ਧੱਕਾ ਮਾਰ ਕੇ ਉਹਦੇ ਮੂੰਹ ਦੇ ਉੱਤੇ ਆਵਾਜ਼ ਥੁੱਕ ਕੇ ਜਿਹੜਾ ਆ ਉਹ ਗਏ ਸੀ। ਵਾਸ਼ਿੰਗਟਨ ਦੇ ਵਿੱਚ ਆਪਾਂ ਸਟੇਟ ਦੇ ਵਿੱਚ ਦੱਸਿਆ ਸੀ ਕਿੱਦਾਂ ਡਰਾਈਵਵੇ ਦੇ ਵਿੱਚ ਕੋਈ ਜਿਹੜੇ ਉਸਨੂੰ ਆਪਣੇ ਜਿਹੜੇ ਪੰਜਾਬੀ ਸਿੱਖ ਸੀਗਾ ਉਸਨੂੰ ਗੋਲੀ ਮਾਰ ਗਏ ਸੀਗੇ, ਪ੍ਰਿਜ਼ਨੋ ਦੇ ਵਿੱਚ ਜਿਹੜਾ ਹੋਇਆ ਸੀ ਚਾਕੂ ਵੀ ਮਾਰਿਆ ਸੀ, ਪਾਈਪ ਮਾਰਨ ਵਾਲੀ ਘਟਨਾ ਵੀ ਜਿਹੜੀ ਉੱਥੇ ਵਾਪਰੀ ਸੀਗੀ। ਯਾਦ ਹੋਣਾ ਬੀਤੇ ਕੁਛ ਸਮਾਂ ਪਹਿਲਾਂ ਇੱਕ ਜਿਹੜੇ ਪੰਡਿਤ ਜੀ ਸੀਗੇ ਈਸਟਰਨ ਸਟੇਟਸ ਵਾਲੇ ਪਾਸੇ, ਉਹਨਾਂ ਦੇ ਉੱਤੇ ਹਮਲਾ ਹੋਇਆ ਸੀ। ਕੁਚੀ ਭੋਟਲਾ ਮੈਨੂੰ ਨਾਮ ਯਾਦ ਆਉਂਦਾ ਆ, ਉਸ ਨੂੰ ਇੱਕ ਬੰਦੇ ਨੇ ਜਿਹੜਾ ਆ ਉਹ ਗੋਲੀਆਂ ਦੇ ਨਾਲ ਜਿਹੜਾ ਉੱਥੇ ਉਹ ਮਾਰ ਦਿੱਤਾ ਸੀਗਾ। ਸੋ ਮਾਈਨੋਰਟੀਜ਼ ਦੇਖਦੇ ਹੋਏ ਵੀ ਕਿਉਂਕਿ ਆਪਣੀ ਦਿੱਖ ਵੱਖਰੀ ਇਹਨਾਂ ਦੇ ਨਾਲੋਂ, ਜਾਂ ਇਹ ਲੋਕ ਉਹਨਾਂ ਨੂੰ ਲਾਈਕ ਨਹੀਂ ਕਰਦੇ, ਇਹ ਅਜਿਹੀਆਂ ਚੀਜ਼ਾਂ ਦੇ ਉੱਤੇ ਜਿਹੜੀ ਆ ਠੱਲ ਪਾਉਣ ਦੀ ਜਿਹੜੀ ਆ ਉਹ ਕਿੱਦਾਂ ਕੰਮ ਹੋਵੇ, ਇਸ ਦੇ ਪ੍ਰਤੀ ਜਿਹੜਾ ਜ਼ਰੂਰ ਉੱਥੋਂ ਦੀ ਜਿਹੜੀ ਕਮਿਊਨਿਟੀ ਦੇ ਹੈਗੇ ਨੇ ਔਰਗਨਾਈਜ਼ਰਸ ਨੇ ਮੈਂਬਰਸ ਨੇ ਜਿਹੜੀਆਂ ਇਲੈਕਸ਼ਨਾਂ ਵੀ ਲੜ ਕੇ ਹਟੇ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਪੁਲਿਸ ਦੇ ਉੱਤੇ ਦਬਾਅ ਜਿਹੜਾ ਉਹ ਪਾਉਣਾ ਚਾਹੀਦਾ ਆ। ਮੈਨੂੰ ਯਾਦ ਆ ਹਰਜੋਤ ਸਿੰਘ ਜੀ ਮੋਡੈਸਟੋ ਦੇ ਵਿੱਚ ਇੱਕ ਸਟੋਰ ਦੇ ਬਾਹਰ ਇਸ ਤਰੀਕੇ ਦੇ ਨਾਲ ਉਦੋਂ ਉਸ ਦਾ ਕਤਲ ਜਿਹੜਾ ਉਹ ਕੀਤਾ ਗਿਆ ਸੀ, ਮੁੰਡਾ ਮਾਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਕੀ ਬਣਿਆ ਉਸ ਦੇ ਨਾਲ, ਉਸਦੇ ਪਰਿਵਾਰ ਦੇ ਨਾਲ, ਕੋਈ ਜਿਹੜਾ ਆ ਉਸਦੇ ਪ੍ਰਤੀ ਜਿਹੜਾ ਬਹੁਤਾ ਪਤਾ ਨਹੀਂ ਆ ਵੀ ਉਹ ਬੰਦਾ ਬਾਅਦ ਦੇ ਵਿੱਚ ਫੜਿਆ ਤਾਂ ਸੀਗਾ, ਉਹ ਵੀ ਕਿੰਨਾ ਪ੍ਰੈਸ਼ਰ ਪਾਉਣ ਤੋਂ ਬਾਅਦ ਦੇ ਵਿੱਚ। ਅਜੇ ਉੱਥੇ ਆਪਣੇ ਕੌਂਸਲ ਮੈਂਬਰ ਜਿਹੜੇ ਉਹ ਉੱਥੇ ਸੀਗੇ ਤਾਂ ਕਰਨ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਕਾਮਯਾਬੀ ਹੋਈ। ਸੋ ਇਹ ਜਿੰਨੇ ਵੀ ਕਿਤੇ ਵੀ ਜਾਂਦੇ ਆ ਨਾ, ਜਿਹੜੀ ਬਿਊਰੋਕ੍ਰੇਸੀ ਆ ਉਹ ਆਪਣੇ ਤੋਂ ਪੱਲਾ ਹਮੇਸ਼ਾ ਝਾੜਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਰਹਿੰਦੇ ਆ। ਸੋ ਆਪਾਂ ਨੂੰ ਐਜ਼ ਏ ਕਮਿਊਨਿਟੀ ਇਕੱਠੇ ਹੋਣਾ ਚਾਹੀਦਾ ਆ, ਅਤੇ ਅਜਿਹੀਆਂ ਚੀਜ਼ਾਂ ਦੇ ਲਈ ਦਬਾਅ ਜਿਹੜਾ ਉਹ ਪਾਉਣਾ ਚਾਹੀਦਾ ਆ ਵੀ ਭਾਈ ਇੱਦਾਂ ਦੀ ਘਟਨਾ ਜਿਹੜੀ ਆ ਉਹ ਮੁੜ ਕੇ ਨਾ ਵਾਪਰੇ। ਦੇਖੋ ਇਹ ਤਾਂ ਸੀਗੀ ਜਿਹੜੀ ਬਾਹਰ ਕਮਿਊਨਿਟੀ ਦੇ ਬਾਹਰੋਂ ਕਿਸੇ ਨੇ ਜਿਹੜਾ ਕੰਮ ਕੀਤਾ ਸੀਗਾ। ਹੁਣ ਜਿਹੜੀ ਅਗਲੀ ਖਬਰ ਆ ਉਹ ਹੋਰ ਵੀ ਜਿਹੜੀ ਹਰਜੋਤ ਸਿੰਘ ਜੀ ਕਹਿ ਲਓ ਵੀ ਘਬਰਾਉਣ ਵਾਲੀ ਵੀ ਆ, ਅਤੇ ਇੱਕ ਐਜ਼ ਏ ਕਮਿਊਨਿਟੀ ਆਪਾਂ ਨੂੰ ਉਸ ਦੇ ਲਈ ਕੀ ਕਰਨਾ ਚਾਹੀਦਾ। ਆਪਾਂ ਬਾਹਰਲਿਆਂ ਦੇ ਉੱਤੇ ਤਾਂ ਚਲੋ ਉਂਗਲ ਜਲਦੀ ਜਿਹੜੀ ਕਰ ਦਿੰਦੇ ਹਾਂ ਵੀ ਉਹਨਾਂ ਦਾ ਦੋਸ਼ ਆ ਇਹ ਦੋਸ਼ ਆ, ਹੁਣ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਬੇਕਰਸਫੀਲਡ ਤੋਂ ਜਿਹੜੀ ਆ ਰਹੀ ਆ ਉਸ ਦੇ ਵਿੱਚ ਤਾਂ ਇਹ ਇੰਟਰਨਲ ਫੈਮਿਲੀ ਜਿਹੜਾ ਡਿਸਪਿਊਟ ਆ ਉਸਨੇ ਜਿਹੜਾ ਨਮੋਸ਼ ਇੱਕ ਹਿਸਾਬ ਦੇ ਨਾਲ ਪੂਰੀ ਕਮਿਊਨਿਟੀ ਨੂੰ ਹੀ ਜਿਹੜਾ ਕਰਾ ਦਿੱਤਾ। ਜੀ ਬਿਲਕੁਲ। ਸੋ ਕੱਲ੍ਹ ਸਵੇਰੇ ਆਪਣੇ ਬੇਕਰਸਫੀਲਡ ਦੇ ਵਿੱਚ ਸੁਮਨਦੀਪ ਕੌਰ ਕੂਨਰ ਜਿਹੜੀ ਕਿ 38 ਸਾਲਾਂ ਦੀ ਜਿਹੜੀ ਬੀਬੀ ਆ ਉਹਦਾ ਜਿਹੜਾ ਘਰ ਦੇ ਵਿੱਚ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ, ਅਤੇ ਉਹਦੇ ਸੰਬੰਧ ਦੇ ਵਿੱਚ ਉਹਦੇ ਜਿਹੜੇ ਫਾਦਰ ਇਨ ਲਾਅ ਆ ਉਹਨਾਂ ਨੂੰ ਜਿਹੜੇ ਆ ਮਰਡਰ ਚਾਰਜ 'ਤੇ ਅਰੈਸਟ ਕੀਤਾ ਗਿਆ। ਗੋਲੀ ਮਾਰ ਕੇ ਜਿਹੜੀ ਆ ਉਹਦੀ ਮੌਤ ਹੋ ਗਈ। ਅਤੇ ਕਹਿੰਦੇ 38 ਸਾਲਾਂ ਦੀ ਕੂਨਰ ਜਿਹੜੀ ਆ ਉਹ ਪੋਸਟ ਆਫਿਸ ਦੇ ਵਿੱਚ ਕੰਮ ਕਰਦੀ ਸੀ, ਗਵਰਨਮੈਂਟ ਦੀ ਜੋਬ ਕਰਦੀ ਸੀ, ਅਤੇ ਉਹਦਾ ਜਿਹੜਾ ਹਸਬੈਂਡ ਆ ਉਹ ਟਰੱਕਿੰਗ ਕੰਪਨੀ ਲਈ ਜਿਹੜਾ ਕੰਮ ਕਰਦਾ ਸੀ। ਇਹ ਬਹੁਤ ਮਾੜੀ ਖਬਰ ਆ ਰਹੀ ਆ, ਸਾਊਥ ਵੈਸਟ ਬੇਕਰਸਫੀਲਡ 'ਚ ਵਾਪਰਿਆ ਹੈਗਾ, ਇੱਥੇ ਸੇਮ ਜਿੱਥੇ ਕੁਝ ਮਹੀਨੇ ਪਹਿਲਾਂ ਇੱਕ ਜਿਹੜਾ ਬੱਚੀ ਆ ਉਹਦਾ ਕਤਲ ਕਰ ਦਿੱਤਾ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਪੇਰੈਂਟਸ ਜਿਹੜੇ ਆ ਅਰੈਸਟ ਹੋਏ ਹੈਗੇ ਆ। ਸੋ ਇਹਦੇ ਨਾਲ ਜਿਹੜਾ ਆ ਕਮਿਊਨਿਟੀ ਦਾ ਜਿਹੜਾ ਪੂਰਾ ਨਾਮ ਜਿਹੜਾ ਉਹ ਬਦਨਾਮ ਹੁੰਦਾ ਆ। ਪਿਛਲੇ ਦਿਨਾਂ ਦੇ ਵਿੱਚ ਜਕਾਰਾ ਮੂਵਮੈਂਟ ਵਾਲੇ ਹੋਰ ਵੀ ਉੱਥੇ ਇੱਕ ਨਵਾਂ ਪਾਰਕ ਬਣ ਰਿਹਾ, ਉਹਦੇ ਸੰਬੰਧ ਦੇ ਵਿੱਚ ਟਰਾਈ ਕਰ ਰਹੇ ਸੀ ਵੀ ਉਸ ਪਾਰਕ ਦਾ ਨਾਮ ਜਿਹੜਾ ਜਸਵੰਤ ਸਿੰਘ ਖਾਲੜਾ ਪਾਰਕ ਰੱਖਿਆ ਜਾਵੇ। ਅਤੇ ਪਿਛਲੇ ਹੀ ਹਫ਼ਤੇ ਬੇਕਰਸਫੀਲਡ ਦਾ ਲੋਕਲ ਜਿਹੜਾ ਨਿਊਜ਼ ਪੇਪਰ ਆ ਉਹਨਾਂ ਨੇ ਇੱਕ ਸਟੋਰੀ ਰਨ ਕੀਤੀ ਸੀ, ਅਤੇ ਉਹਦੇ ਥੱਲੇ ਜਿੰਨੇ ਵੀ ਕਮੈਂਟ ਸੀ ਬਹੁਤ ਜ਼ਿਆਦਾ ਹੇਟ ਭਰੇ ਕਮੈਂਟ ਸੀਗੇ, ਸਿੱਖਾਂ ਦੇ ਉਲਟ
ਪੰਜਾਬੀਆਂ ਦੇ ਉਲਟ ਵੀ ਇਹਨਾਂ ਨੇ ਇੱਦਾਂ ਦਾ ਕੰਮ ਕੀਤਾ। ਹਾਲਾਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬੇਕਰਸ ਫੀਲਡ ਦੇ ਵਿੱਚ ਆਪਣੇ ਲੋਕ ਰਹਿੰਦੇ ਆ, 25-30 ਹਜ਼ਾਰ ਮੇਰੇ ਹਿਸਾਬ ਨਾਲ ਘੱਟੋ ਘੱਟ ਹੋਊਗੇ, 11-12 ਉੱਥੇ ਗੁਰੂ ਘਰ ਆ ਬੇਕਰਸ ਫੀਲਡ ਦੇ ਵਿੱਚ। ਅਤੇ ਹੁਣ ਜਦੋਂ ਇੱਦਾਂ ਦੀ ਖਬਰ ਆਈ ਆ, ਇਹਦਾ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਨੈਗੇਟਿਵ ਇੰਪੈਕਟ ਹੋਣਾ ਆ। ਇਸ ਤੋਂ ਕੁਛ ਮਹੀਨੇ ਪਹਿਲਾਂ ਸਰੋਤਿਆਂ ਨੂੰ ਯਾਦ ਹੋਊਗਾ, ਫਰਿਜ਼ਨੋ ਦੇ ਵਿੱਚ ਵੀ ਇੱਕ ਬਜ਼ੁਰਗ ਨੇ ਆਪਣੇ ਕੁੜਮਣੀ ਜਿਹੜੇ ਆ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ। ਸੋ ਇਹ ਹੁਣ ਸਮਝ ਨਹੀਂ ਆਉਂਦੀ ਵੀ ਇਹ ਕਿਸ ਤਰ੍ਹਾਂ ਜਿਹੜਾ ਆ ਇੱਦਾਂ ਦੀ ਜਿਹੜੀ ਇੰਸੀਡੈਂਟਸ ਆ ਉਹਨਾਂ ਤੋਂ ਬਚਿਆ ਜਾ ਸਕੇ। ਹਰ ਘਰਾਂ ਦੇ ਵਿੱਚ ਕੋਈ ਨਾ ਕੋਈ ਤਾਂ ਪ੍ਰੋਬਲਮ ਹੁੰਦੀ ਆ, ਪਰ ਕਿਸੇ ਦੀ ਜਿਹੜੀ ਆ ਜਾਨ ਲੈ ਲੈਣੀ ਇਹ ਜਿਹੜੀ ਆ ਬਹੁਤ ਮਾੜੀ ਗੱਲ ਹੈਗੀ ਆ। ਜੀ ਜੀ ਬਿਲਕੁਲ, ਇਹ ਆ ਬੜੀ ਅਫਸੋਸ ਵਾਲੀ ਗੱਲ ਆ ਵੀ ਇੱਦਾਂ ਦੀ ਘਟਨਾ ਜਿਹੜੀ ਵਾਪਰੀ। ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਹੈ ਤਾਂ ਇੰਟਰਨਲ ਫੈਮਿਲੀ ਡਿਸਪਿਊਟ, ਪਰ ਕਿਉਂਕਿ ਐਜ਼ ਏ ਮਾਈਨੋਰਟੀ ਆਪਾਂ ਹਮੇਸ਼ਾ ਅੰਡਰ ਮਾਈਕਰੋਸਕੋਪ ਜਿਹੜੇ ਉਹ ਰਹਿੰਦੇ ਆ। ਕੋਈ ਵੀ ਇੱਦਾਂ ਦੀ ਘਟਨਾ ਹੁੰਦੀ ਆ, ਕਿਸੇ ਨੇ ਵੀ ਆ ਕੇ ਜਨਰਲ ਜਿਹੜੀ ਉਹ ਗੱਲ ਬਣਾ ਦੇਣੀ, ਇਹ ਤਾਂ ਹੈ ਹੀ ਇੱਦਾਂ ਦੇ ਜੀ, ਇਹ ਤਾਂ ਇੱਦਾਂ ਹੀ ਕਰਦੇ ਆ। ਸੋ 65 ਸਾਲਾ ਜਗਜੀਤ ਸਿੰਘ ਹੁਣਾਂ ਨੂੰ ਇਸ ਜਿਹੜੇ ਕਥਿਤ ਕਤਲ ਦੇ ਦੋਸ਼ ਦੇ ਵਿੱਚ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਆ, ਅਤੇ ਇਸ ਟਾਈਮ ਇਹਨਾਂ ਨੂੰ ਵਿਦਾਊਟ ਬੇਲ ਜਿਹੜਾ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ। ਅਤੇ ਆਉਂਦੇ ਬੁੱਧਵਾਰ ਨੂੰ, ਕੱਲ੍ਹ ਨੂੰ ਸ਼ਾਇਦ ਜਿਹੜੀ ਉਹਨਾਂ ਨੂੰ ਕਰਨ ਕਾਉਂਟੀ ਦੇ ਜਿਹੜੇ ਜੇਲ੍ਹ ਆ ਉਸ ਦੇ ਵਿੱਚ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਆ ਉਹ ਕੀਤਾ ਜਾਵੇਗਾ। ਕਹਿੰਦੇ ਤਕਰੀਬਨ ਸਵੇਰੇ 11:30 ਉੱਥੇ ਜਿਹੜੇ ਰਹਿੰਦੇ ਨਜ਼ਦੀਕੀ ਲੋਕ, ਆਂਢੀ ਗੁਆਂਢੀ, ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਵੀ ਉਹਨਾਂ ਨੂੰ ਗੋਲੀਆਂ ਦੀਆਂ ਆਵਾਜ਼ਾਂ ਜਿਹੜੀਆਂ ਇਸ ਘਰ ਦੇ ਵਿੱਚੋਂ ਜਿਹੜੀਆਂ ਉਹ ਸੁਣੀਆਂ ਆ। ਅਤੇ ਜਦ ਪੁਲਿਸ ਵਾਲੇ ਉੱਥੇ ਪਹੁੰਚੇ ਤਾਂ 37 ਸਾਲਾਂ ਦੀ ਸੁਮਨਦੀਪ ਕੌਰ ਕੂਨਰ ਉਸ ਦੀ ਲਾਸ਼ ਉੱਥੇ ਖੂਨ ਦੇ ਵਿੱਚ ਲੱਥ-ਪੱਥ ਪਈ ਸੀਗੀ। ਸੋ ਇਹ ਜਿਹੜੀ ਘਟਨਾ ਇਹ ਵਾਪਰੀ ਆ, ਲੋਕ ਬਜ਼ੁਰਗਾਂ ਤੋਂ ਅਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਨਹੀਂ ਜਿਹੜੀ ਉਹ ਸੋਚਦੇ ਵੀ ਉਹ ਇੱਦਾਂ ਦਾ ਕੰਮ ਜਿਹੜਾ ਉਹ ਕਰਨਗੇ, ਚਾਹੇ ਤੁਹਾਡੀ ਨੌਂ ਦੇ ਨਾਲ ਬਣਦੀ ਆ ਨਹੀਂ ਬਣਦੀ, ਇਹ ਜਿਹੜੀ ਚੀਜ਼ ਆ ਕਤਲ ਉਗਾਰਤ ਤੱਕ ਜਾਣਾ ਆ, ਇਹ ਕੰਮ ਬਹੁਤ ਅਫਸੋਸਜਨਕ ਜਿਹੜਾ ਹੈਗਾ, ਬਹੁਤ ਜਿਹੜਾ ਮਾੜਾ ਆ। ਐਜ਼ ਏ ਕਮਿਊਨਿਟੀ ਆਪਾਂ ਨੂੰ ਅਜਿਹੇ ਜਿਹੜੇ ਫੈਮਿਲੀ ਸਟ੍ਰੈੱਸ ਆ ਜਾਂ ਫੈਮਿਲੀ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਹੱਲ ਕਰਨ ਵਾਲੇ ਪਾਸੇ ਨੂੰ ਜਿਹੜਾ ਵਧਣਾ ਚਾਹੀਦਾ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਇੱਕ ਮੁੱਖ ਕਾਰਨ ਜਿਹੜਾ ਮੈਂ ਵੀ ਦੇਖਦਾ ਵੀ ਲੋਕ ਗੱਲ ਜਿਹੜੀ ਬਾਹਰ ਕਿਉਂ ਨਹੀਂ ਕਰਦੇ, ਕਿਉਂਕਿ ਬਾਅਦ ਦੇ ਵਿੱਚ ਲੋਕ ਅਜਿਹੇ ਪਰਿਵਾਰਾਂ ਦਾ ਫਿਰ ਮਜ਼ਾਕ ਬਹੁਤ ਬਣਾਉਂਦੇ ਆ ਵੀ ਉੱਥੇ ਆਹ ਹੁੰਦਾ ਹੈ, ਉਹਨਾਂ ਦੇ ਘਰ 'ਚ ਇਹ ਹੁੰਦਾ ਹੈ, ਗੱਲਾਂ ਜਿਹੜੀਆਂ ਲਾ ਕੇ ਫਿਰ ਜਿਹੜੀਆਂ ਉਹ ਕਰਦੇ ਆ। ਉਹਦੇ ਕਰਕੇ ਕੀ ਆ ਵੀ ਜਿਹੜੇ ਲੋਕ ਇੱਕ ਦੂਜੇ ਦੇ ਨਾਲ ਅਜਿਹੀਆਂ ਗੱਲਾਂ ਕਰਦੇ ਨਹੀਂ ਆ, ਅਤੇ ਉਹ ਅੰਦਰ ਹੀ ਅੰਦਰ ਜਿਹੜੇ ਜਵਾਲਾਮੁਖੀ ਦੇ ਵਿੱਚ ਵਾਂਗੂ ਜਿਹੜੇ ਫਿਰ ਉਹ ਉਲਗਦੇ ਰਹਿੰਦੇ ਆ, ਅਤੇ ਸੁਲਗਦੇ ਰਹਿੰਦੇ ਆ, ਅਤੇ ਫਿਰ ਬਾਅਦ ਦੇ ਵਿੱਚ ਇੱਦਾਂ ਜਵਾਲਾਮੁਖੀ ਵਾਂਗੂ ਬਣ ਕੇ ਜਿਹੜੇ ਉਹ ਫਟਦੇ ਨੇ। ਅਤੇ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਹਥਿਆਰਾਂ ਦੀ ਤਾਂ ਘਾਟ ਕਿਸੇ ਪਾਸਿਓਂ ਨਹੀਂ ਹੈਗੀ, ਜਿਹਨੇ ਮਾਰਨਾ ਆ ਅਤੇ ਉਹਨੇ ਤਾਂ ਵੈਸੇ ਵੀ ਜਿਹੜਾ ਜਿਹਨੇ ਲੱਭਣਾ ਉਹਨੇ ਫਿਰ ਲੱਭ ਹੀ ਲੈਣਾ ਹੁੰਦਾ ਆ, ਅਤੇ ਉਹ ਫਿਰ ਉਹ ਅਜਿਹੇ ਵਾਰਦਾਤਾਂ ਨੂੰ ਜਿਹੜਾ ਉਹ ਅੰਜਾਮ ਦਿੰਦਾ ਆ। ਸੋ ਐਜ਼ ਏ ਕਮਿਊਨਿਟੀ ਆਪਾਂ ਨੂੰ ਸੇਫ ਨੈੱਟ ਕੋਈ ਪ੍ਰੋਗਰਾਮ ਇੱਦਾਂ ਦੇ ਬਣਾਉਣੇ ਚਾਹੀਦੇ ਆ ਜਿੱਥੇ ਅਨੋਨਮਸਲੀ ਆ ਕੇ ਜਿਹੜੇ ਲੋਕ ਆਪਣੇ ਜਿਹੜੇ ਸਟ੍ਰੈੱਸ ਆ ਜਾਂ ਆਪਣੇ ਫੈਮਿਲੀ ਦੇ ਜਿਹੜੀਆਂ ਪ੍ਰੋਬਲਮਸ ਆ ਉਹ ਕੌਂਸਲਰ ਦੇ ਨਾਲ ਜਿਹੜੀ ਗੱਲ ਕਰਕੇ ਉਸ ਦੇ ਹੱਲ ਵੱਲ ਨੂੰ ਵਧਣ। ਇੱਥੇ ਜੇ ਕਿਸੇ ਕੋਈ ਜਿਹੜਾ ਕੌਂਸਲਿੰਗ ਦੇ ਲਈ ਜਾਂਦਾ ਹੈ ਉਸਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ, ਉਸਨੂੰ ਹੱਲਾਸ਼ੇਰੀ ਹੌਸਲਾ ਅਫਜਾਈ ਦੇਣੀ ਚਾਹੀਦੀ ਹੈ ਵੀ ਤੂੰ ਆਪਣੀ ਪ੍ਰੋਬਲਮ ਸੋਲਵ ਕਰਨ ਦੇ ਲਈ ਜਿਹੜਾ ਵੱਧ ਰਿਹਾ ਆ। ਹੁਣ ਕਿਸੇ ਨੂੰ BP ਦੀ, ਸ਼ੂਗਰ ਦੀ ਪ੍ਰੋਬਲਮ ਆ, ਦਵਾਈ ਦਿੰਦੇ ਆ, ਦਵਾਈ ਖਾਂਦੇ ਆ, ਲੋਕ ਇੱਕ ਦੂਜੇ ਨੂੰ ਸਗੋਂ ਸਲਾਹਾਂ ਦਿੰਦੇ ਹੋ ਵੀ ਤੂੰ ਆਹ ਓੜਕ ਪੋੜ ਕਰਕੇ ਦੇਖ ਲਾ, ਤੂੰ ਆਹ ਕਰਕੇ ਦੇਖ ਲਾ, ਸ਼ਾਇਦ ਜਿਹੜੀ ਸਮੱਸਿਆ ਜਿਹੜੀ ਆ ਉਹ ਹੱਲ ਹੋ ਜਾਵੇ। ਸੋ ਇਹ ਵੀ ਇੱਕ ਜਿਹੜੀ ਚੀਜ਼ਾਂ ਬਾਅਦ ਦੇ ਵਿੱਚ ਡਿਪਰੈਸ਼ਨ ਜਾਂ ਜਿਹੜਾ ਬੀਂਗ ਵਾਇਲੈਂਟ ਇਹ ਬਾਅਦ ਦੇ ਵਿੱਚ ਇੱਕ ਬਿਮਾਰੀ, ਮਾਨਸਿਕ ਬਿਮਾਰੀ ਜਿਹੜੀ ਉਹ ਬਣ ਕੇ ਆਉਂਦੀ ਆ, ਅਤੇ ਫਿਰ ਇੱਦਾਂ ਵਾਇਲੈਂਟਲੀ ਜਿਹੜੀ ਉਹ ਬਾਹਰ ਨਿਕਲਦੀ ਆ, ਬਹੁਤ ਹੀ ਇੱਕ ਮੰਦਭਾਗੀ ਜਿਹੜੀ ਗੱਲ ਆ। ਸੋ ਆਪਾਂ ਨੂੰ ਵੀ ਕੁਛ ਅਨੋਨਮਸ ਗਰੁੱਪਸ ਜਾਂ ਕੁਛ ਸੇਫ ਹੇਵਨ ਜਾਂ ਇੱਦਾਂ ਦੇ ਸੇਫ ਨੈੱਟ ਪ੍ਰੋਗਰਾਮ ਜਿਹੜੇ ਕੁਛ ਬਣਾਉਣੇ ਪੈਣਗੇ, ਐਜ਼ ਏ ਕਮਿਊਨਿਟੀ ਆਪਾਂ ਨੂੰ ਇਹ ਕੰਮ ਜਿਹੜਾ ਉਹ ਕਰਨਾ ਪਊਗਾ, ਤਾਂ ਹੀ ਜਿਹੜਾ ਆ ਉਹ ਆਪਾਂ ਇਸ ਚੀਜ਼ਾਂ ਦੇ ਵਿੱਚੋਂ ਜਿਹੜਾ ਆ ਉਹ ਨਿਕਲ ਕੇ ਬਾਹਰ ਆ ਸਕਾਂਗੇ, ਕੋਈ ਆਪਸੀ ਜਿਹੜੇ ਤਣਾਅ ਆ ਉਹਨਾਂ ਨੂੰ ਉਹ ਹਟਾ ਸਕਾਂਗੇ। ਨਹੀਂ ਤਾਂ ਇੱਦਾਂ ਦੀਆਂ ਘਟਨਾਵਾਂ ਜੇ ਹੋਣ ਲੱਗ ਗਈਆਂ, ਜ਼ਿਆਦਾ ਹੋਣ ਲੱਗ ਗਈਆਂ, ਤਾਂ ਐਜ਼ ਏ ਕਮਿਊਨਿਟੀ ਸਾਰਿਆਂ ਨੂੰ ਹੀ ਉਸਦਾ ਜਿਹੜਾ ਕਹਿ ਲਓ ਵੀ ਤਾਪ ਉਹ ਚੱਲਣਾ ਪਵੇਗਾ। ਜੀ, ਸਾਡਾ ਸਮਾਂ ਆਲਮੋਸਟ ਸਮਾਪਤ ਆ ਜਾਂਦੇ ਜਾਂਦੇ, ਜੇ ਪੰਜਾਬ ਦੀ ਗੱਲ ਕਰਦੇ ਜਾਈਏ, ਜਿਹੜੇ ਹੜ੍ਹ ਆਏ ਹੋਏ ਆ ਉੱਥੇ ਬਹੁਤ ਸਾਰੀਆਂ ਜਿਹੜੀਆਂ ਔਰਗੇਨਾਈਜੇਸ਼ਨਸ ਹੈਗੀਆਂ ਉਹ ਕਾਫੀ ਕੰਮ ਕਰ ਰਹੀਆਂ, ਜਿਨ੍ਹਾਂ 'ਚੋਂ ਖਾਲਸਾ ਏਡ ਕਾਫੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈਗੀ ਆ। ਸੋ ਅਸੀਂ ਪੰਜਾਬੀ ਰੇਡੀਓ USA ਤੋਂ ਕਦੇ ਵੀ ਕਿਸੇ ਦੀ ਫਾਈਨੈਂਸ਼ੀਅਲੀ ਸਪੋਰਟ ਕਰਨ ਲਈ ਨਹੀਂ ਕਹਿੰਦੇ, ਪਰ ਇੰਨਾ ਜ਼ਰੂਰ ਆ ਵੀ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਬਹੁਤ ਜ਼ਿਆਦਾ ਲੋਕ ਲੱਗੇ ਹੋਏ ਹੈਗੇ ਆ।
ਫੇਸਬੁੱਕ ਦੇ ਉੱਤੇ ਹੋਰ ਆਪਾਂ ਦੇਖਿਆ ਕਿੱਦਾਂ 20 ਸਾਲਾਂ ਤੋਂ ਜਿਹੜਾ ਖਾਲਸਾ ਏਡ ਵਾਲੇ ਆ ਪੂਰੀ ਦੁਨੀਆ 'ਚ ਉਹ ਸੇਵਾ ਕਰ ਰਹੇ ਆ ਬਿਨਾਂ ਕਿਸੇ ਭੇਦਭਾਵ ਦੇ, ਬਿਨਾਂ ਕਿਸੇ ਦੀ ਕਿੱਦਾਂ ਦੀ ਦਿੱਖ ਹੈਗੀ ਆ। ਸੋ ਆਪਾਂ ਨੂੰ ਜਿੱਥੇ ਵੀ ਡੋਨੇਸ਼ਨ ਦੇਣੀ ਆ ਉਹ ਦੇਖ ਕੇ ਉੱਦਾਂ ਦੀ ਔਰਗਨਾਈਜੇਸ਼ਨ ਨੂੰ ਦੇਣੀ ਚਾਹੀਦੀ ਆ ਜਿਹੜਾ ਤੁਹਾਨੂੰ ਸੱਚਮੁੱਚ ਹੀ ਲੱਗਦਾ ਵੀ ਹਾਂ ਆਹ ਔਰਗਨਾਈਜੇਸ਼ਨ ਜਿਹੜੀ ਆ ਵਧੀਆ ਹੈਗੀ ਆ, ਅਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਸਾਥ ਦਿਓ। ਅਤੇ ਜੇ ਕੋਈ ਵਧੀਆ ਔਰਗਨਾਈਜੇਸ਼ਨ ਦਾ ਵਿਰੋਧ ਕਰਦਾ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਖਿੱਚੋ ਵੀ, ਉਹਨਾਂ ਨੂੰ ਪੁੱਛੋ ਵੀ ਵੀ ਭਾਈ ਤੁਹਾਡਾ ਕੰਮ ਹੀ ਇਹ ਆ ਵੀ ਆਪ ਕੁਛ ਕਰਨਾ ਨਹੀਂ ਤਾਂ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਕਰਨ ਨਹੀਂ ਦੇਣਾ। ਜੀ ਜੀ ਬਿਲਕੁਲ। ਸੋ ਚੰਗੇ ਬੰਦਿਆਂ ਦੀ ਜਿਹੜੀ ਉਹ ਮਦਦ ਕਰੋ ਤਾਂ ਹੀ ਜਿਹੜਾ ਹਰਜੋਤ ਸਿੰਘ ਜੀ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਿਹੜੇ ਲੋਕ ਆ ਹੋਰ ਅਜਿਹੇ ਜਿਹੜੇ ਕੰਮ ਕਰਨਗੇ, ਪਰ ਸਾਰੇ ਦੇ ਸਾਰੇ ਹੀ ਜਿਹੜੇ ਲੋਕ ਆ ਜਿਹੜੇ ਜਿਹਨਾਂ ਨੇ ਹੜਾਂ ਦੇ ਵਿੱਚ ਮਦਦ ਕਰ ਰਹੇ ਨੇ ਆਪਣੇ ਵੱਲੋਂ ਜਿਹੜਾ ਉਹ ਜਾ ਕੇ ਜਿਹੜੀਆਂ ਮਦਦਾਂ ਕਰ ਰਹੇ ਨੇ, ਸਾਰੇ ਦੇ ਸਾਰੇ ਇਹ ਹੀਰੋ ਨੇ ਬੰਦੇ, ਇਹਨਾਂ ਦੀ ਜਿਹੜੀ ਆ ਵੱਧ ਤੋਂ ਵੱਧ ਇਹਨਾਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਆ, ਕਿਉਂਕਿ ਜਿਹੜਾ ਇੱਕ ਇਨਸਾਨੀਅਤ ਦੇ ਲਈ ਆਪਾਂ ਨੂੰ ਹੋਕਾ ਦੇ ਕੇ ਗਏ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਵੀ ਇਨਸਾਨੀਅਤ ਦੇ ਲਈ ਆਪਾਂ ਅਗਾਂਹ ਹੋ ਕੇ ਹਰ ਇੱਕ ਦੀ ਜਿਹੜੀ ਮਦਦ ਕਰਨੀ ਆ ਉਸ ਨੂੰ ਉਸੇ ਤਰੀਕੇ ਦੇ ਨਾਲ ਉਸ ਦ੍ਰਿੜਤਾ ਨੂੰ ਜਿਹੜਾ ਇਹਨਾਂ ਨੇ ਕਾਇਮ ਰੱਖਿਆ ਆ, ਚਾਹੇ ਉਹ ਖਾਲਸਾ ਏਡ ਵਾਲੇ ਆ ਅਤੇ ਚਾਹੇ ਕੋਈ ਹੋਰ ਜਿਹੜੀਆਂ ਔਰਗਨਾਈਜੇਸ਼ਨਾਂ ਆ, ਅਤੇ ਚਾਹੇ ਜਿਹੜੇ ਆਪ ਇੰਡੀਵਿਜੁਅਲ ਤੌਰ ਦੇ ਉੱਤੇ ਕਰ ਰਹੇ ਜਿਨ੍ਹਾਂ ਦਾ ਨਾਮ ਵੀ ਜਿਹੜਾ ਆ ਕਈਆਂ ਨੂੰ ਜਿਹੜਾ ਨਹੀਂ ਪਤਾ। ਸੋ ਸਾਰਿਆਂ ਨੂੰ ਜਿਹੜੀ ਹੱਲਾਸ਼ੇਰੀ ਦਿਓ, ਆਪੋ ਆਪਣੇ ਇਲਾਕਿਆਂ ਦੇ ਲਈ ਜੋ ਕੁਛ ਵੀ ਤੁਸੀਂ ਜਿਹੜੇ ਹੜ੍ਹ ਪ੍ਰਭਾਵਿਤ ਹੈਗੇ ਨੇ ਉਹਨਾਂ ਲਈ ਜੋ ਤੁਸੀਂ ਕਰ ਸਕਦੇ ਹੋ, ਜਿੰਨਾ ਬਣਦਾ ਯੋਗਦਾਨ ਜਿਹੜਾ ਉਹ ਕਰ ਸਕਦੇ ਹੋ ਤੁਸੀਂ ਪਾਓ, ਕਿਉਂਕਿ ਅੱਜ ਕੱਲ੍ਹ ਔਨਲਾਈਨ ਹੋਣ ਕਰਕੇ ਜਾਂ ਜਿਹੜਾ ਫੇਸਬੁੱਕ ਸੋਸ਼ਲ ਮੀਡੀਆ ਦੇ ਉੱਤੇ ਆਉਣ ਦੇ ਕਰਕੇ ਕਈ ਲੋਕਾਂ ਨੂੰ ਥੋੜ੍ਹੀ ਸਹੂਲਤ ਜਿਹੜੀ ਉਹ ਹੋ ਜਾਂਦੀ ਆ ਵੀ ਈਜ਼ੀਲੀ ਜਿਹੜੀ ਉਹ ਮਨੀ ਜਿਹੜੀ ਉਹ ਦੇ ਸਕਦੇ, ਪਰ ਫਿਰ ਵੀ ਜਿਹੜੀ ਵੀ ਔਰਗਨਾਈਜੇਸ਼ਨ ਤੁਹਾਨੂੰ ਚੰਗੀ ਲੱਗਦੀ ਆ, ਜਿਹੜੀ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਸਹੀ ਕੰਮ ਕਰ ਰਹੀ ਆ ਉਸ ਨੂੰ ਜ਼ਰੂਰ ਤੁਸੀਂ ਜਿਹੜੀ ਉਸ ਲਈ ਮਦਦ। ਸੋ ਸਾਡਾ ਮੇਨ ਮਕਸਦ ਰਾਜ ਜੀ ਇਹ ਖਬਰ ਸਾਂਝੀ ਕਰਨ ਦਾ ਇਹ ਸੀ ਵੀ ਕੱਲ੍ਹ ਪਰਸੋਂ ਤੋਂ ਰਿਪੋਰਟ ਆ ਰਹੀ ਆ ਵੀ ਜਿਹੜੇ ਖਾਲਸਾ ਏਡ ਵਾਲੇ ਆ ਉਹਨਾਂ ਨੂੰ ਉੱਥੇ ਦੀ ਪੁਲਿਸ ਅਤੇ ਹੋਰ ਜਿਹੜੇ RSS ਦੇ ਬੰਦੇ ਉਹ ਵੀ ਤੰਗ ਕਰ ਰਹੇ ਆ, ਫੇਸਬੁੱਕ 'ਤੇ ਗਾਲਾਂ ਕੱਢ ਰਹੇ, ਝੂਠੀਆਂ ਖਬਰਾਂ। ਈਵਨ ਹਿੰਦੂ ਜਿਹੜਾ ਵੀਰ ਹੈਗਾ ਕਪਿਲ ਸ਼ਰਮਾ ਜਿਹਦਾ ਸ਼ੋਅ ਹੁੰਦਾ ਆ ਉਸ ਨੇ ਖਾਲਸਾ ਏਡ ਦੀ ਸਪੋਰਟ ਦੀ ਗੱਲ ਕੀਤੀ ਅਤੇ ਉਹਦੇ ਨੂੰ ਗਾਲਾਂ ਕੱਢ ਰਹੇ ਹੈਗੇ ਆ। ਇੱਕ ਬੀਬੀ ਹੋਰ ਜਿਹੜੀ ਹੈਗੀ ਆ ਮਾਡਲ, ਕੀ ਉਹਨਾਂ ਦਾ ਨਾਮ, ਹਿਮਾਂਸ਼ੀ ਖੁਰਾਨਾ, ਉਹ ਉਸਨੇ ਗੱਲ ਕੀਤੀ ਅਤੇ ਉਹਨੂੰ ਵੀ ਗਾਲਾਂ ਕੱਢ ਰਹੇ ਆ। ਸੋ ਉਹਨਾਂ ਨੂੰ ਪਛਾਣੋ, ਜਿਹੜੇ ਲੋਕ ਚੰਗੇ ਕੰਮ ਕਰਦੇ ਉਹਨਾਂ ਦੇ ਉਲਟ ਜਾਂਦੇ ਆ ਅਤੇ ਚੰਗਿਆਂ ਦਾ ਕੰਮ ਹੀ ਹੁੰਦਾ ਨਾ ਵੀ ਇਹ ਸਿਰਫ ਅਤੇ ਸਿਰਫ ਜਿਹੜਾ ਮਾੜਾ ਹੀ ਜਿਹੜਾ ਹੈ ਉਹਨਾਂ ਨੂੰ ਆਖੀ ਜਾਣਾ, ਹੋਰ ਉਹਨਾਂ ਦੇ ਆਪਣੇ ਪੱਲੇ ਜਿਹੜਾ ਕੁਛ ਨਹੀਂ ਹੁੰਦਾ, ਜੇ ਕੋਈ ਮਦਦ ਕਰ ਰਿਹਾ ਹੁੰਦਾ ਉਹਨੂੰ ਉਹਨਾਂ ਨੇ ਕਰਨ ਨਹੀਂ ਦੇਣੀ ਹੁੰਦੀ। ਸੋ ਅਜਿਹੀਆਂ ਭੇਡਾਂ ਨੂੰ ਜਿਹੜਾ ਉਹ ਪਛਾਣੋ ਅਤੇ ਉਹਨਾਂ ਤੋਂ ਜਿਹੜੀ ਆ ਦੂਰੀ ਬਣਾ ਕੇ ਰੱਖੋ, ਉਹਨਾਂ ਦਾ ਕੰਮ ਹੀ ਸਿਰਫ ਇਹੀ ਹੁੰਦਾ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦਾ ਪ੍ਰੋਗਰਾਮ ਦਾ ਸਮਾਪਤ ਆ, ਇੱਥੇ ਜਿਹੜਾ ਆਪਾਂ ਹੁਣ ਇਜਾਜ਼ਤ ਲੈਂਦੇ ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ, ਮੇਰਾ ਨਾਂ ਆ ਅਵੇ, ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਹਾਂਜੀ, ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ।